ਅਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਪ੍ਰਚਾਰ ਦੇ ਨਾਂ ਦੇ ਉੱਪਰ ਸਿੱਖ ਪੰਥ ਦੇ ਵਿੱਚ ਜਿਹੜਾ ਸਮਾਂ ਬਣਿਆ ਹੋਇਆ, ਮਾਹੌਲ ਬਣਿਆ ਹੋਇਆ, ਉਹਦੇ ਵਾਸਤੇ ਬਹੁਤ ਵੱਖੋ ਵੱਖਰੇ ਵਿਚਾਰ ਆ ਰਹੇ ਨੇ। ਸੋ ਆਪ ਜੀ ਦੀ ਕਚਹਿਰੀ ਦੇ ਵਿੱਚ ਪਹਿਲਾਂ ਵੀ ਇੱਕ ਦੋ ਪ੍ਰੋਗਰਾਮਾਂ ਦੇ ਰਾਹੀਂ ਇਹ ਸਾਂਝ ਕਰਨ ਦੀ ਯਤਨ ਬਿਲਕੁਲ ਕੀਤੀ ਹੈ ਕਿ ਜਿਹੜਾ ਸਮਾਂ ਇਸ ਵਕਤ ਬਣਿਆ ਹੋਇਆ, ਉਸ ਸਮੇਂ ਦੇ ਵਿੱਚ ਕਿੱਧਰ ਨੂੰ ਅਸੀਂ ਜਾ ਰਹੇ ਹਾਂ ਅਤੇ ਕੀ ਕਿਤੇ ਜਾ ਕੇ ਅਸੀਂ ਆਪਣੇ ਆਪ ਨੂੰ ਇਹ ਸਵਾਲ ਪਤਾ ਕਰਾਂਗੇ ਜਾਂ ਪੁੱਛਾਂਗੇ ਕਿ ਅੱਜ ਅਸੀਂ ਕਿਹੜੀ ਜਗ੍ਹਾ 'ਤੇ ਖੜ੍ਹੇ ਹਾਂ ਅਤੇ ਇਹਨਾਂ ਸਭ ਚੀਜ਼ਾਂ ਦਾ ਕਿਤੇ ਕੋਈ ਐਸਾ ਮਾਹੌਲ, ਕੋਈ ਸੁਖਾਵਾਂ ਮਾਹੌਲ ਬਣਨ ਦੀ ਆਸ ਹੈ ਜਾਂ ਨਹੀਂ। ਸੋ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਵਿਚਾਰ ਕਰਨ ਵਾਸਤੇ ਅੱਜ ਆਪ ਜੀ ਦੇ ਨਾਲ, ਮੇਰੇ ਨਾਲ ਜਿਹੜੇ ਗੈਸਟ ਜੁੜੇ ਨੇ, ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦਾ ਜਾਵਾਂ। ਸੋ ਇਟਲੀ ਕਰਮੋਨਾ ਤੋਂ ਭਾਈ ਸੁਰਜੀਤ ਸਿੰਘ ਜੀ ਖੰਡੇਵਾਲੇ, ਜਿਹੜੇ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ, ਉਹ ਮੇਰੇ ਨਾਲ ਹਾਜ਼ਰ ਨੇ। ਪਹਿਲਾਂ ਆਓ, ਉਹਨਾਂ ਨੂੰ ਫਤਿਹ ਬੁਲਾਉਂਦੇ ਹਾਂ ਅਤੇ ਫਿਰ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰਘਵੀ ਆਪਣੇ ਬਘੇਲ ਸਿੰਘ ਸਾਹਿਬ ਜੀ, ਹਾਂਜੀ, ਆਪਣੇ ਸੁਰਜੀਤ ਸਿੰਘ ਜੀ ਸਵਾਗਤ ਕਰਦੇ ਹਾਂ ਆਪ ਜੀ ਦਾ ਵਾਜੇ ਕੌਮ ਟੀਵੀ ਦੇ ਉੱਪਰ। ਅਤੇ ਆਪ ਜੀ ਇਸ ਵਕਤ ਜਿਹੜਾ ਆ, ਸਾਰੀ ਸੰਗਤਾਂ ਆਪ ਜੀ ਨੂੰ ਦੇਖ ਰਹੀਆਂ ਨੇ, ਲਾਈਵ ਸਰਵਣ ਕਰ ਰਹੀਆਂ ਨੇ। ਸੋ ਪਹਿਲਾਂ ਤਾਂ ਮੈਂ ਜਿਹੜੀਆਂ ਸੰਗਤਾਂ ਨਹੀਂ ਜਾਣਦੀਆਂ ਉਹਨਾਂ ਦੀ ਜਾਣਕਾਰੀ ਵਾਲੇ ਪੁੱਛਣਾ ਚਾਹੁੰਦਾ ਕਿ ਆਪ ਜੀ ਇਸ ਵਕਤ ਜਿਹੜਾ ਆ ਉਹ ਕੀ ਸੇਵਾਵਾਂ ਕਰ ਰਹੇ ਹੋ, ਅਤੇ ਖਾਸ ਤੌਰ ਦੇ ਵਿੱਚ ਇਟਲੀ ਦੇ ਵਿੱਚ ਜਿਹੜਾ ਹੈ ਉਹ ਸਤਿਗੁਰ ਦੀ ਕਿਰਪਾ ਦੇ ਨਾਲ ਕੀ ਆਪਣੀ ਜਿਹੜੀ ਸੇਵਾ ਹੈ ਜਾਂ ਕਿਹੜੀਆਂ ਡਿਊਟੀਆਂ 'ਚ ਆਪ ਜੀ ਯੋਗਦਾਨ ਦਿੰਦੇ ਹੋ ਜੀ? ਆਪ ਜੀ ਦਾ ਔਰ ਆਪ ਜੀ ਸਾਰੇ ਸਟਾਫ ਦਾ ਬਹੁਤ ਧੰਨਵਾਦ ਆ, ਵਾਜੇ ਕੌਮ ਟੀਵੀ ਦਾ ਧੰਨਵਾਦ ਆ ਜੀ ਕਿ ਅੱਜ ਆਪ ਜੀ ਨੇ ਸਾਰੇ ਸੰਗਤਾਂ ਦੇ ਦਰਸ਼ਕਾਂ ਦੇ ਰੂਬਰੂ ਕਰਾਉਣ ਜਾ ਰਹੇ ਹੋ। 1097 ਤੋਂ ਇਟਲੀ 'ਚ ਆ ਭਾਈ ਬਘੇਲ ਸਿੰਘ ਜੀ, ਅਤੇ 2001 ਤੋਂ ਦਾਸ ਕਥਾ ਦੀ ਸੇਵਾ ਕਰ ਰਿਹਾ, ਨਾਲ ਆਪਣੀ ਕਿਰਤ ਵਿਰਤ ਕਰ ਰਿਹਾ ਜੀ, ਅਤੇ ਨਾਲ ਹੀ ਦਾਸ ਨੇ ਜਿਹੜੀ ਨੈਸ਼ਨਲ ਧਰਮ ਪ੍ਰਚਾਰ ਕਮੇਟੀ, ਮੈਂ ਉਹਦਾ ਮੁੱਖ ਬੁਲਾਰਾ ਹਾਂ ਅੱਜ ਵੀ ਜੀ, ਜਿਵੇਂ ਧਰਮ ਰਜਿਸਟਰ ਕਰਾਉਣ ਲਈ ਜਾਂ ਹੋਰ ਕੋਈ ਕਿਸੇ ਪ੍ਰਕਾਰ ਦੀਆਂ ਜਿਹੜੀਆਂ ਸੇਵਾਵਾਂ ਨੇ ਪੰਥ ਨਾਲ ਜਿਹੜੀਆਂ ਰਿਲੇਟਡ ਨੇ, ਉਹਨਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਸਤਿਗੁਰੂ ਪਵਾ ਰਹੇ ਨੇ ਆਪਣੀ ਦਇਆ ਮਾਇਆ ਕਰਕੇ ਜੀ। ਅਤੇ ਭਾਈ ਸੁਰਜੀਤ ਸਿੰਘ ਜੀ, ਆਪ ਜੀ ਨੇ ਸੰਗਤਾਂ ਦੀ ਜਾਣਕਾਰੀ ਵਾਸਤੇ ਆਪਾਂ ਨੂੰ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਆਪ ਜੀ ਜਿਹੜਾ ਆ ਉਹ ਪੰਥ ਦੀ ਸੇਵਾ ਵਾਸਤੇ ਲੱਗੇ ਹੋਏ ਹੋ, ਅਤੇ ਇਸ ਵਕਤ ਭਾਈ ਸੁਰਜੀਤ ਸਿੰਘ ਜੀ, ਟੂ ਦਾ ਪੁਆਇੰਟ ਜੇ ਮੈਂ ਗੱਲ 'ਤੇ ਆਵਾਂ ਕਿ ਜਿਹੜਾ ਮਾਹੌਲ ਬਣਿਆ ਹੋਇਆ ਹੈ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਪ੍ਰਚਾਰ ਦੀ ਬੜੀ ਜ਼ਰੂਰਤ ਹੈ, ਅਤੇ ਪ੍ਰਚਾਰ ਅੱਜ ਦੀ ਘੜੀ 'ਚ ਜੇਕਰ ਮੈਂ ਦੇਖਾਂ ਕਿ ਸੋਸ਼ਲ ਮੀਡੀਆ ਦੇ ਉੱਪਰ, ਟੀਵੀ ਚੈਨਲਾਂ ਦੇ ਉੱਪਰ ਬਹੁਤ ਵੱਡੀ ਤਾਦਾਦ ਦੇ ਵਿੱਚ ਕੀਤਾ ਜਾ ਰਿਹਾ ਹੈ, ਅਤੇ ਅੱਜ ਸੰਗਤਾਂ ਦੇ ਮਨਾਂ 'ਚ ਸਵਾਲ ਪੈਦਾ ਹੋ ਰਿਹਾ ਹੈ ਕਿ ਸਿੱਖਾਂ ਦਾ ਪ੍ਰਚਾਰ ਹੀ ਸਿੱਖੀ ਵਾਸਤੇ ਦੁਸ਼ਮਣ ਬਣਦਾ ਜਾ ਰਿਹਾ ਹੈ, ਭਾਵ ਪ੍ਰਚਾਰਕ ਹੀ ਪ੍ਰਚਾਰਕਾਂ ਦੇ ਗਲ ਪੈ ਰਹੇ ਨੇ। ਸੋ ਇਸ ਸਾਰੇ ਮਸਲੇ ਨੂੰ ਆਪ ਜੀ ਕਿਹੜੀ ਨਜ਼ਰ ਨਾਲ ਦੇਖਦੇ ਹੋ? ਦੇਖੋ ਭਾਈ ਬਘੇਲ ਸਿੰਘ ਜੀ, ਇਹ ਥੋੜ੍ਹਾ ਜਿਹਾ ਨਾ ਸਵਾਲ ਤੁਹਾਡਾ ਜਿਹੜਾ ਬੜਾ ਡੂੰਘਾ ਆ ਸਵਾਲ, ਇਸ ਤਰ੍ਹਾਂ ਇਹਨੂੰ ਆਪਾਂ ਸਵਾਲ ਨੂੰ ਜਿਹੜਾ ਕਿ ਸੰਜੀਦਗੀ ਨਾਲ ਲਈਏ, ਥੋੜ੍ਹਾ ਜਿਹਾ ਡੂੰਘਾਈ 'ਚ ਲਈਏ ਜੀ। ਪਤਾ ਕੀ ਗੱਲ ਆ, ਜਿੱਦਾਂ ਵੇਖਣ ਵਾਸਤੇ ਜਿਹੜੀ ਚੀਜ਼ ਸਾਨੂੰ ਪ੍ਰਤੀਤ ਹੋ ਰਹੀ ਆ ਉਸ ਤਰ੍ਹਾਂ ਹੈ ਨਹੀਂ ਗੀ ਉਹ ਜੀ। ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਿਆ, ਅਤੇ ਗੁਰੂ ਨਾਨਕ ਸਾਹਿਬ ਗਰੀਬ ਨਿਵਾਸ ਸਾਹਿਬ ਜੀ ਨੇ ਜਦੋਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਪ੍ਰਾਰੰਭ ਕੀਤਾ ਨਾ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ, ਮੈਂ ਥੋੜ੍ਹਾ ਜਿਹਾ ਡਿਟੇਲ ਦੇਵਾਂਗਾ ਕਿਉਂਕਿ ਸਵਾਲ ਵਾਰ ਵਾਰ ਉੱਭਰਿਆ, ਹਰ ਚੈਨਲ ਤੋਂ ਹਰ ਮੀਡੀਆ ਤੋਂ ਉੱਭਰਿਆ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਸੁਲਤਾਨਪੁਰ ਸਾਹਿਬ ਤੋਂ ਅਦਾਸੀ ਪ੍ਰਾਰੰਭ ਕੀਤੀ ਆ ਭਾਈ ਗੁਰਦਾਸ ਸਾਹਿਬ ਜੀ ਦੀ ਦੀਆਂ ਰਚਨਾ ਦੁਆਰਾ ਜੀ। ਮਹਾਰਾਜ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਅੰਦਰ ਜਿੱਥੇ ਆਪ ਪ੍ਰਚਾਰ ਕੀਤਾ, ਉੱਥੇ ਜੀਵਨ ਵਾਲੇ ਸਿੱਖ ਮਹਾਰਾਜ ਸਾਹਿਬ ਦੇ ਪ੍ਰਚਾਰਕ ਸਨ। ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖ ਪ੍ਰਚਾਰਕ ਸਨ ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ 10ਵੇਂ ਪਾਤਸ਼ਾਹ ਤੱਕ ਜੀ। ਆਪਾਂ ਨੂੰ ਇਹਦੇ ਵਿੱਚ ਇਹ ਗੱਲ ਲੈਣੀ ਪਵੇਗੀ ਕਿ ਗੁਰੂ ਸਾਹਿਬ ਜੀ ਕਦੀ ਇਹ ਗੱਲ ਨਹੀਂ ਸੀ ਦੇਖਦੇ ਵੀ ਇਹ ਸੋਹਣਾ ਬਹੁਤ ਆ ਤੇ ਦਸਤਾਰ ਬਹੁਤ ਹੀ ਸੋਹਣੀ ਬੰਨਣ ਲੱਗ ਪਿਆ।
ਹੁਣ ਇਹਦੇ ਨਾਲ ਪ੍ਰੋਫੈਸਰ ਲੱਗ ਗਿਆ, ਇਹਦੇ ਨਾਲ ਸੰਤ ਲੱਗ ਗਿਆ, ਇਹਦੇ ਨਾਲ ਭਾਈ ਲੱਗ ਗਿਆ, ਇਹਨੂੰ ਕਿਸੇ ਪ੍ਰਾਂਤ ਵਿੱਚ ਪ੍ਰਚਾਰ ਵਾਸਤੇ ਭੇਜੀਏ? ਮਹਾਰਾਜ ਕਦਾ ਚੇਤ ਇੱਦਾਂ ਨਹੀਂ ਸੀ ਕਰਦੇ ਜੀ। ਮਹਾਰਾਜ ਸਾਹਿਬ ਸੋਚਦੇ ਸੀ, ਮਹਾਰਾਜ ਦੀ ਵਿਚਾਰਧਾਰਾ ਸੀ ਵੀ ਇਹ ਹੁਣ ਸੰਤੋਖੀ ਹੋ ਗਿਆ, ਇਹਨੂੰ ਗੁਰੂ ਦੇ ਬਚਨ ਤੇ ਭੈ ਭਾਵਨੀ ਹੋ ਗਈ ਹੈ, ਕਿਉਂਕਿ ਪ੍ਰਚਾਰਕ ਸ਼੍ਰੇਣੀ ਵਿੱਚ ਸਾਡੇ ਮਾੜਿਆਂ ਨੇ ਵੀ ਆਉਣਾ, ਚੰਗਿਆਂ ਨੇ ਵੀ ਆਉਣਾ, ਬਜ਼ੁਰਗਾਂ ਨੇ ਵੀ ਆਉਣਾ ਤੇ ਜਵਾਨਾਂ ਨੇ ਵੀ ਆਉਣਾ। ਬਿਲਕੁਲ ਜੀ, ਮਹਾਰਾਜ ਸਾਹਿਬ ਜੀ ਦਾ ਇਹ ਨਿਸ਼ਾਨਾ ਸੀ, ਮਿਸ਼ਨ ਸੀ ਕਿ ਪਹਿਲਾਂ ਇਹ ਪੂਰੀ ਤਰ੍ਹਾਂ ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਆਪਣੇ ਆਪ ਨੂੰ ਗੁਰੂ ਦੇ ਮੂਹਰੇ ਸਿਲੰਡਰ ਕਰੇ ਤੇ ਗੁਰੂ ਦੀ ਮੱਤ ਨੂੰ ਧਾਰਨ ਕਰੇ ਪੂਰਨ ਤੌਰ ਤੇ ਜੀ। ਇਹ ਨਾਮ ਰਸੀਆ ਹੋਵੇ, ਰਹਿਤ ਬਹਿਤ ਦਾ ਧਾਰਨੀ ਹੋਵੇ, ਇਹਨੂੰ ਸਤ ਸੰਤੋਖ ਹੋਵੇ, ਇਹ ਆਚਰਨ ਤੇ ਅਖਲਾਕ ਦਾ ਉੱਚਾ ਹੋਵੇ, ਇਹ ਨਾ ਹੋਵੇ ਮੁੱਖ ਤੇ ਪੜਤਾ ਟੀਕਾ ਸਹਿਤ ਹਿਰਦੇ ਰਾਮ ਨੀ ਪੂਰਨ ਰਹਿਤ, ਇਹ ਨਾ ਹਿਸਾਬ ਹੋਵੇ ਉਪਦੇਸ਼ ਕਰੇ ਕਰੇ ਲੋਕ ਦੜਾਵੇ ਆਪਣਾ ਕਿਆ ਆਪਣਾ ਕਮਾਵੇ। ਬਿਲਕੁਲ ਜੀ, ਮਹਾਰਾਜ ਸਾਹਿਬ ਜੀ ਇਸ ਪੱਖ ਨੂੰ ਦੇਖ ਕੇ ਉਹਨੂੰ ਪ੍ਰਚਾਰ ਪ੍ਰਸਾਰ ਲਈ ਭੇਜਦੇ ਸੀ। ਤੂੰ ਜਿਸ ਵੀ ਪ੍ਰਾਂਤ ਵਿੱਚ ਜਾਂਦਾ ਸੀ ਸਿੱਖੀ ਦੀ, ਜਾਂ ਉਹ ਜਿਹੜਾ ਨਿਸ਼ਾਨ ਸਾਹਿਬ ਸੀ ਉਹਨੂੰ ਬੁਲੰਦੀਆਂ ਤੇ ਲੈ ਜਾਂਦਾ ਸੀ। ਕਿਉਂ? ਕਿਉਂਕਿ ਉਹਦੇ ਜੀਵਨ ਵਿੱਚ ਸਤ ਸੰਤੋਖ ਸੀ, ਭਾਈ ਗੜੀਏ ਵਰਗੇ, ਭਾਈ ਸਨਮੁੱਖ ਵਰਗੇ, ਮਨਸੁੱਖ ਵਰਗੇ ਗੁਰਸਿੱਖ ਜੀ। ਇਹ ਇਸੇ ਗੱਲ ਨੂੰ ਸ੍ਰੀ ਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬੜੀ ਨੇੜਿਓ ਹੋ ਕੇ ਲਿਆ ਸੀ। ਉਹਨਾਂ ਦੇ ਮਨ ਦੀ ਇੱਕ ਵਿਚਾਰਧਾਰਾ ਸੀ ਕਿ ਗੁਰੂ ਸਮਾਂ ਦੇਵੇ ਤੇ ਇੱਕ ਸਾਂਝੀ ਜਿਹੜਾ ਉਹ ਸੰਪਰਦਾ ਸਾਂਝਾ ਵਿਦਿਆਲਾ ਬਣਾਇਆ ਜਾਵੇ ਤੇ ਉਹਦੇ ਵਿੱਚ ਹਰ ਪ੍ਰਾਂਤ ਦਾ ਜਿਹੜਾ ਵਾ ਵਿਦਿਆਰਥੀ ਆ ਉਹਨੂੰ ਲਿਆ ਜਾਵੇ ਵਿੱਦਿਆ ਪੜ੍ਹਾਉਣ ਵਾਸਤੇ, ਲੈਣ ਦੇਣ ਵਾਸਤੇ ਜੀ। ਜਦੋਂ ਪੂਰਨ ਤੌਰ ਤੇ ਉਹ ਰੋਸ਼ਨ ਦਿਮਾਗ ਹੋਵੇ, ਬਰੀਕ ਬੁੱਧੀ ਹੋਵੇ, ਉੱਤੇ ਉਸਤਾਦਾਂ ਨੂੰ ਪੂਰੀ ਤਰ੍ਹਾਂ ਨੂੰ ਕਸਵੱਟੀ ਦੀ ਭੱਠੀ ਵਿੱਚ ਝੋਕ ਕੇ ਪੂਰਨ ਤੌਰ ਤੇ ਉਹਨੂੰ ਹਰ ਵਿੱਦਿਆ ਹਰ ਪੱਖ ਤੋਂ ਉਹਨੂੰ ਵਿੱਦਿਆ ਪੜ੍ਹਾ ਕੇ ਜਦੋਂ ਉਹ ਨਿਪੁੰਨ ਹੋ ਜਾਵੇ ਤੇ ਉਹਨੂੰ ਇੱਕ ਸਰਟੀਫਿਕੇਟ ਦਿੱਤਾ ਜਾਵੇ ਵੀ ਤੂੰ ਹੁਣ ਦੇਸ਼ ਦਸੰਤਰਾ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਜੀ, ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਦੁਬਤਾ ਨਾ ਹੋਵੇ, ਸਤਾਦਾਂ ਨੂੰ ਉੱਤੇ ਮਾਣ ਹੋਵੇ, ਉਹਨੂੰ ਗੁਰੂ ਤੇ ਮਾਣ ਹੋਵੇ, ਉਹ ਪੂਰਨ ਤੌਰ ਤੇ ਨਿਰਭਰ ਹੋਵੇ ਗੁਰੂ ਨੂੰ। ਤੇ ਮੈਂ ਸਮਝਦਾ ਵੀ ਦੁਬਤਾ ਖੜੀ ਨਹੀਂ ਸੀ ਹੋਣੀ ਕਿਸੇ ਪ੍ਰਕਾਰ ਦੀ, ਪਰ ਇਸ ਤਰ੍ਹਾਂ ਹੋ ਨਾ ਸਕਿਆ ਜੀ। ਰੀਜਨ ਹੁਣ ਆ ਗਿਆ, ਹੁਣ ਹੁਣ ਜਿਹੜੀ ਤੁਹਾਡਾ ਸਵਾਲ ਆ ਮੈਂ ਹੁਣ ਉੱਥੇ ਆ ਗਿਆ ਵੀ ਇਹ ਕਾਰਨ ਅਸਲ ਪ੍ਰਚਾਰ ਹੈ, ਪ੍ਰਚਾਰਕ ਹੈ ਨਹੀਂ ਗੇ ਜੀ, ਕਿਉਂਕਿ ਪ੍ਰਚਾਰਕ ਬਣਨ ਲਈ ਪਹਿਲਾਂ ਗਿਆਨ ਦਾ ਪ੍ਰਵੇਸ਼ ਹੋਣਾ ਜ਼ਰੂਰੀ ਆ। ਇਹ ਭਾਈ ਸੁਰਜੀਤ ਸਿੰਘ ਜੀ, ਮੈਂ ਇੱਥੇ ਤੁਹਾਡੀ ਗੱਲ ਦੇ ਨਾਲ ਇੱਕ ਥੋੜ੍ਹਾ ਜਿਹਾ ਐਡ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਆਪ ਜੀ ਨੇ ਬੜਾ ਬਾਖੂਬੀ ਇਹ ਗੱਲ ਸਮਝਾਈ ਹੈ ਕਿ ਗੁਰੂ ਸਾਹਿਬ ਜੀ ਤੋਂ ਲੈ ਕਰਕੇ ਤੇ ਜਿਹੜੇ ਸੰਤ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਇਸ ਗੱਲ ਨੂੰ ਜਿਹੜਾ ਕਮਾਇਆ ਹੈ ਕਿ ਸਿੱਖੀ ਦੀ ਸੇਵਾ ਅਤੇ ਧਰਮ ਦੀ ਸੇਵਾ ਕਰਨੀ ਹੈ, ਪਰ ਦੂਸਰੇ ਪਾਸੇ ਅੱਜ ਦੇ ਮੌਜੂਦਾ ਸਮੇਂ ਦੇ ਅੰਦਰ ਜਿਹੜੀ ਦੁਨਿਆਵੀ ਐਜੂਕੇਸ਼ਨ ਹੈ, ਦੁਨਿਆਵੀ ਗਿਆਨ ਹੈ, ਇਸ ਵਕਤ ਇੰਨਾ ਕੁ ਸਾਡੇ ਕੋਲ ਸੁੱਖ ਸੁਵਿਧਾਵਾਂ ਆ ਗਈਆਂ ਜਾਂ ਐਡੇ ਕੁ ਸਾਧਨ ਆ ਗਏ ਕਿ ਹਰ ਚੀਜ਼ ਨੂੰ ਅਸੀਂ ਫਿਰ ਆਪਣੀ ਮਤ ਦੇ ਅਨੁਸਾਰ ਤੋਲ ਕੇ ਦੇਖਦੇ ਹਾਂ। ਅਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਭਾਈ ਜਿਹੜੇ ਕਟਾਕਸ਼ ਕਰਦੇ ਨੇ ਜਾਂ ਜਿਹੜਾ ਵਿਰੋਧ ਹੋ ਰਿਹਾ ਉਹ ਪ੍ਰਚਾਰਕ ਹੀ ਨਹੀਂ, ਪਰ ਉਹਨਾਂ ਦਾ ਤਰਕ ਇਹ ਹੈ ਕਿ ਭਾਈ ਜਿੰਨਾ ਗਿਆਨ ਸਾਨੂੰ ਹੈ ਜਾਂ ਜਿਹੜੀ ਗੱਲ ਦੀ ਸਮਝ ਸਾਨੂੰ ਆਈ ਹੈ, ਜਿਹੜੇ ਅਰਥਾਂ ਦੀ ਸਮਝ ਸਾਨੂੰ ਆਈ ਹੈ, ਇਹ ਪੁਰਾਤਨ ਜਿਹੜੇ ਲੋਕ ਗੱਲ ਕਰਦੇ ਨੇ, ਪੁਰਾਣੀਆਂ ਗੱਲਾਂ ਕਰਦੇ ਨੇ, ਝੂਠੀਆਂ ਕਹਾਣੀਆਂ ਸੁਣਾਉਂਦੇ ਨੇ, ਅਸਲ ਦੇ ਵਿੱਚ ਜਿਹੜੀ ਸਮਝ ਸਾਨੂੰ ਆਈ ਹੈ ਇਹਨਾਂ ਲੋਕਾਂ ਨੂੰ ਇਹ ਸਮਝ ਹੀ ਨਹੀਂ। ਅਸਲ ਦੇਖੋ ਇਹ ਤਾਂ ਜਿਹੜੇ ਜੇ ਤਾਂ ਗੁਰਮਤ ਕਿਸੇ ਕੋਲੇ ਹੈਗੀ ਹੈ ਨਾ ਗੁਰਮਤ ਜੀ, ਤਾਂ ਇੱਥੇ ਸਪਸ਼ਟ ਹੋ ਜਾਂਦਾ ਵੀ ਮਹਾਰਾਜ ਸਾਹਿਬ ਦਾ ਘਰ ਹੈ ਸਾਹਿਬ ਆ, ਇੱਥੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ,
ਇੱਕ ਗੱਲ ਤਾਂ ਸਾਨੂੰ ਸਮਝ ਲੈਣੀ ਚਾਹੀਦੀ ਵੀ ਇਹਨਾਂ ਦੇ ਕੋਲ ਗੁਰਮਤ ਦੀ ਹਵਾ ਵੀ ਨਹੀਂ ਲੱਗੀ। ਜਿਹੜਾ ਬੰਦਾ ਇਹ ਕਹਿ ਰਿਹਾ ਕਿ ਮੈਂ ਸਿਆਣਾ, ਜੀ ਮੈਨੂੰ ਪਤਾ, ਬਾਕੀ ਨੂੰ ਪਤਾ ਹੀ ਨਹੀਂ, ਇੱਥੋਂ ਉਹਦੀ ਅਕਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਵਾ ਵੀ ਉਹਨੂੰ ਉਹਦੇ ਅੰਦਰ ਕਿੰਨਾ ਕੁ ਗਿਆਨ ਦਾ ਪ੍ਰਵੇਸ਼ ਹੈ। ਜੀ ਤੇ ਜਿਹੜੀ ਗੱਲ ਗੁਰੂ ਨਾਨਕ ਦੀ ਘਰ ਦੀ ਬਾਣੀ ਦੀ ਆ, ਇਤਿਹਾਸ ਦੀ ਆ, ਤੁਸੀਂ ਵਿਦਵਾਨਾਂ ਨੂੰ ਆਤਮਕ ਦਰਸ਼ੀ ਰੱਬ ਦੇ ਪਿਆਰਿਆਂ ਨੂੰ ਪੜ੍ਹ ਕੇ ਦੇਖੋ, ਜਦੋਂ ਖੋਜਣ ਤੁਰੇ ਉਹਨਾਂ ਖੋਜ ਕੇ ਐਂਡ ਸਿੱਟਾ ਇਹ ਕੱਢਿਆ, ਕਹਿੰਦੇ ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਂਗੇ, ਜਾਣਾ ਤੋ ਇਹ ਜਾਣਾ ਕਿ ਕੁਛ ਵੀ ਨਾ ਜਾਣਾ। ਵਾਹ ਜੀ ਵਾਹ। ਉਹ ਜਦੋਂ ਪਹੁੰਚ ਗਏ ਉਹਨਾਂ ਕਿਹਾ ਸੀ ਕੁਛ ਵੀ ਨਹੀਂ ਜਾਣਦੇ, ਨਿਰੰਕਾਰ ਤੇਰੇ ਬਾਰੇ ਇੱਕ ਸ਼ਬਦ ਵੀ ਨਹੀਂ ਜਾਣਦੇ, ਅਸੀਂ ਤੁਰੇ ਤੇ ਸੀ ਕਿ ਕੁਛ ਤੇਰੇ ਬਾਰੇ ਜਾਣਾਂਗੇ, ਪਰ ਅਸੀਂ ਹੁਣ ਇੱਥੇ ਪਹੁੰਚ ਗਏ ਹਾਂ, ਇਹ ਅਕਾਲ ਪੁਰਖ ਤੂੰ ਬੇਅੰਤ ਆ, ਤੇਰੇ ਬਾਰੇ ਕੁਛ ਨਹੀਂ ਜਾਣਦੇ। ਜੀ ਆਤਮ ਚਿੰਤਨ ਕਰਨ ਵਾਲੇ ਮਹਾਂਪੁਰਖ, ਆਤਮਦਰਸ਼ੀ ਮਹਾਂਪੁਰਖ ਤੇ ਇਹ ਕਹਿਣ ਤੇ ਇੱਕ ਝੂਠੀ ਡਿਗਰੀ ਪ੍ਰਾਪਤ ਕਰਕੇ ਜਿਹਦਾ ਕੋਈ ਮਤਲਬ ਹੀ ਨਹੀਂ ਹੈਗਾ ਇਸ ਗੁਰਮਤ ਦੇ ਸਿਧਾਂਤ ਨਾਲ। ਜੀ ਇੱਥੇ ਦੁਨਿਆਵੀ ਵਿਦਿਆ ਦਾ ਠੀਕ ਹੈ, ਚਲੋ ਦੁਨਿਆਵੀ ਵਿਦਿਆ ਜ਼ਰੂਰੀ ਹੈ, ਪਰ ਇਹ ਗੁਰਮਤ ਦਾ ਕੀ ਸੰਬੰਧ ਹੈ ਉਹਦੇ ਨਾਲ? ਜੀ ਜੇ ਤੁਸੀਂ ਗਿਆਨ ਦੀ ਗੱਲ ਕਰੋ ਤੇ ਗਿਆਨ ਤੇ ਲੋਕਾਂ ਨੂੰ ਬਹੁਤ ਹੈ, ਗਿਆਨ ਉਹ ਕੋਈ ਬਾਹਰ ਦਾ ਨਹੀਂ ਹੈ, ਇੱਥੇ ਗਿਆਨ ਦਾ ਪ੍ਰਵੇਸ਼ ਹੋਣਾ ਜ਼ਰੂਰੀ ਹੈ ਕਿ ਤੁਹਾਨੂੰ ਗਿਆਨ ਦਾ ਪ੍ਰਵੇਸ਼ ਹੋ ਗਿਆ। ਗਿਆਨ ਪ੍ਰਵੇਸ਼ ਗੁਰੇ ਧਨ ਦੀ ਆ, ਤੁਹਾਨੂੰ ਸਮਝ ਲੱਗ ਗਈ ਵੀ ਗਿਆਨ ਹੁੰਦਾ ਕੀ ਆ, ਜੀ ਗਿਆਨ ਲੈਣਾ ਕਾਹਦੇ ਵਾਸਤੇ ਆ। ਹਜੇ ਤਾਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਅਸੀਂ ਗਿਆਨ ਕਹਿੰਦੇ ਕਿਹਨੂੰ ਆ। ਪਰ ਜਿਹੜੀ ਭਾਈ ਸੁਰਜੀਤ ਸਿੰਘ ਜੀ ਗੱਲ ਕੀਤੀ ਜਾ ਰਹੀ ਹੈ, ਉਹਨਾਂ ਦਾ ਮੰਨਣਾ ਇਹ ਹੈ ਕਿ ਜਿਹੜੀਆਂ ਅਸੀਂ ਚੀਜ਼ਾਂ ਦੇਖਦੇ ਹਾਂ ਜਾਂ ਸਮਝਦੇ ਹਾਂ, ਭਾਵ ਜਿਹੜਾ ਗਿਆਨ ਹੈ ਇਹ ਕੋਈ ਐਸੀ ਚੀਜ਼ ਨਹੀਂ ਕਿ ਜਿਹੜੀ ਅਸੀਂ ਆਪਣੇ ਅੰਦਰ ਜਿਹੜੀ ਹੈ ਉਹ ਕੈਦ ਕਰਕੇ ਰੱਖਣੀ ਹੈ। ਗਿਆਨ ਤੁਹਾਡੀ ਸਮਝ ਹੈ, ਤੁਹਾਡੀ ਬੁੱਧੀ ਹੈ, ਅਤੇ ਤੁਹਾਡੀ ਬੁੱਧੀ ਦਾ ਵਿਕਾਸ ਜੇ ਤੁਸੀਂ ਕਰਨਾ ਹੈ ਤਾਂ ਤੁਹਾਨੂੰ ਦੁਨੀਆ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਪੈਣਾ ਹੈ। ਜੇ ਪੁਰਾਤਨ ਸਾਖੀਆਂ, ਪੁਰਾਤਨ ਗਿਆਨ ਦੀ ਆਪ ਜੀ ਗੱਲ ਕਰ ਰਹੇ ਹੋ ਜਾਂ ਜਿਹੜੇ ਪੁਰਾਤਨ ਸਿਧਾਂਤਾਂ ਦੀ ਆਪ ਜੀ ਗੱਲ ਕਰ ਰਹੇ ਹੋ, ਉਹ ਸਮਾਂ ਬੀਤ ਚੁੱਕਾ ਹੈ, ਹੁਣ ਨਵੇਂ ਸਮੇਂ ਦੇ ਨਾਲ ਨਵੀਂ ਗੱਲ ਕਰਨੀ ਪਵੇਗੀ। ਜੇ ਪੁਰਾਤਨ ਸਮੇਂ ਨਾਲ ਚੱਲਾਂਗੇ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ, ਦੁਨੀਆ ਦੇ ਨਾਲੋਂ ਜਿਹੜਾ ਅਸੀਂ ਪਛੜ ਕੇ ਰਹਿ ਜਾਵਾਂਗੇ। ਭਾਈ ਸਾਹਿਬ ਜੀ ਬੇਨਤੀ ਇੰਨੀ ਆ, ਭਾਈ ਬਘੇਲ ਸਿੰਘ ਜੀ ਜੀ ਵੀ ਪੁਰਾਤਨ ਤਾਂ ਫਿਰ ਹੁਣ ਦੇਖੋ ਜੇ ਤੁਸੀਂ ਨਵੀਨ ਕਹੋਗੇ ਤੇ ਨਵੀਨ ਤਾਂ ਹੁਣ ਐਟਮ ਬੰਬ ਬਣ ਗਿਆ, ਕੱਲ ਨੂੰ ਤੁਹਾਨੂੰ ਇਹ ਕਹਿਣਗੇ ਕਿਰਪਾਨ ਪਾਉਣ ਦੀ ਤੁਹਾਨੂੰ ਲੋੜ ਹੀ ਨਹੀਂ। ਉਹ ਕਹਿ ਰਹੇ ਜੀ ਇਸ ਗੱਲ ਨੂੰ ਕਹਿ ਰਹੇ ਨੇ, ਤੁਹਾਨੂੰ ਉਹ ਕਹਿਣਗੇ ਕਛਹਿਰਾ ਕਾਹਤੋਂ ਪਾਉਣੇ, ਨਾਲਾ ਕਾਹਤੋਂ ਪਾਉਣੇ, ਚ ਲਾਸਟਿਕ ਪਾ ਲਓ, ਮੈਂ ਸਿੱਧਾ ਜਿਹਾ ਸ਼ਬਦ ਵਰਤਣਾ, ਫਿਰ ਲਾਸਟਿਕ ਪਾ ਲਾਂਗੇ ਆਪਾਂ, ਕਿਉਂਕਿ ਨਵੀਨ ਜੂ ਆ ਗਿਆ ਯੁੱਗ। ਬਿਲਕੁਲ ਜੀ, ਆਪਾਂ ਨੂੰ ਕੱਲ ਨੂੰ ਕੋਈ ਡਾਕਟਰ ਇਹ ਕਹੇ ਵੀ ਕੇਸਾਂ ਨੂੰ ਕੀ ਰੱਖਦੇ, ਕੇਸਾਂ ਨਾਲ ਤੇ ਕੈਲਸ਼ੀਅਮ ਮਿਲਦਾ, ਤੇ ਕੈਲਸ਼ੀਅਮ ਤੁਸੀਂ ਮੈਡੀਕਲ ਤੋਂ ਕੋਈ ਦਵਾਈ ਲੈ ਕੇ ਲੈ ਲਓ, ਤੇ ਫਿਰ ਕੇਸ ਨਾ ਰੱਖਿਆ ਕਰੀਏ। ਤੇ ਬਿਲਕੁਲ ਇਹੀ ਤਰਕਾਂ ਦੇ ਰਹੇ ਨੇ ਭਾਈ ਸੁਰਜੀਤ ਸਿੰਘ ਜੀ, ਕਹਿ ਰਹੇ ਨੇ ਦਾਸ ਦੀ ਪਰਸਨਲ ਰੂਪ ਦੇ ਵਿੱਚ ਵੀ ਇੱਕ ਸਿੰਘ ਨਾਲ ਵਿਚਾਰ ਹੋਈ ਸੀ ਤੇ ਉਹਨਾਂ ਦਾ ਕਹਿਣਾ ਸੀ ਵੀ ਹੁਣ ਹਥਿਆਰ ਰੱਖ ਕੇ ਕਿਹਨੂੰ ਮਾਰਨਾ ਹੈ, ਕਿਰਪਾਨਾਂ ਦੀ ਲੋੜ ਹੀ ਕੋਈ ਨਹੀਂ। ਸੁਣ ਲਓ ਫਿਰ ਤੁਸੀਂ ਇਹਨਾਂ ਨੂੰ ਇਹ ਤੁਸੀਂ ਇਹ ਕਹੋ ਵੀ ਉਹ ਆਪਣਾ ਇਲਾਜ ਕਰਾਉਣ ਕਿਤੇ, ਜੀ ਉਹ ਆਪਣਾ ਇਲਾਜ ਕਰਾਉਣ ਕਿਤੇ, ਉਹ ਗੁਰਮਤ ਦੀ ਇਹਦੇ ਨਾਲ ਤਾਂ ਆਪਾਂ ਨੂੰ ਇਸ ਬਾਰੇ ਤੇ ਆਪਾਂ ਨੂੰ ਵਿਚਾਰ ਤੇ ਕਰਨ ਦੀ ਜਾਂ ਸੋਚਣ ਦੀ ਲੋੜ ਨਹੀਂ ਗੀ, ਉਹ ਆਪਣਾ ਇਲਾਜ ਕਰਾਉਣ ਉਹ ਮੈਂਟਲੀ ਅਪਸੈਟ ਆ, ਕਿਉਂਕਿ ਸਿੱਖੀ ਦੇ ਸਿਧਾਂਤ ਜਿਹੜੇ ਆ ਸਾਨੂੰ ਸਿਧਾਂਤ ਪੁਰਾਣੇ ਆ, ਗੁਰੂ ਦੀ ਵਿਚਾਰ ਨਹੀਂ ਕਦੀ ਪੁਰਾਣੀ ਹੁੰਦੀ, ਗੁਰੂ ਕਦੀ ਪੁਰਾਣਾ ਨਹੀਂ ਹੁੰਦਾ, ਗੁਰੂ ਨਿਤ ਨਵਾਂ, ਸਤਿਗੁਰ ਮੇਰਾ ਨੀਤ ਨਵਾਂ, ਸਦਾ ਸਦਾ ਦੇ ਤਾਰ, ਜੀ ਗੁਰੂ ਸਦਾ ਨਵਾਂ, ਉਹਦੀ ਵਿਚਾਰ ਸਦਾ ਨਵੀਂ ਆ, ਇਹ ਉਹ ਲੋਕੀ ਪੁਰਾਣੇ ਹੋ ਚੁੱਕੇ ਨੇ, ਉਹਨਾਂ ਦੀ ਬੁੱਧ ਪੁਰਾਣੀ ਆ, ਜਿਨ੍ਹਾਂ ਦੇ ਮਨ 'ਚ ਇਹ ਆ ਰਿਹਾ ਵੀ ਅੱਜ ਨਵੀਨ ਸਮਾਂ ਆ, ਜੇ ਸਤਿਗੁਰੂ ਸਾਹਿਬ ਜੀ ਇਸ ਯੁੱਗ ਦੀਆਂ, ਬਲਕਿ ਮੈਂ ਸਮਝਦਾ ਹਾਂ ਵੀ ਗੁਰੂ ਨੇ ਤਾਂ ਜਪਜੀ ਸਾਹਿਬ ਦੇ ਮੁੱਢ ਵਿੱਚ ਕਹਿਤਾ ਕਿ ਪਤਾਲਾਂ ਪਤਾਲ ਲੱਖ ਆਗਾਸਾਂ ਆਗਾਸ, ਉਹਨੂੰ ਕਿਹੜਾ ਯੁੱਗ ਕਹੋਗੇ ਤੁਸੀਂ? ਜੀ
ਤੇ ਉਹ ਆਹੀ ਤਾਂ ਅੱਜ ਪਹੁੰਚੇ, ਅੱਜ ਲੋਕੀ ਤਾਂ ਵਿਗਿਆਨੀ ਤਾਂ ਅੱਜ ਪਹੁੰਚੇ। ਜੀ ਬਿਲਕੁਲ ਤਾਂ ਫਿਰ ਇਹਦਾ ਮਤਲਬ ਸਪਸ਼ਟ ਹੋ ਗਿਆ ਕਿ ਗੁਰੂ ਇਸ ਸ੍ਰਿਸ਼ਟੀ ਦਾ ਕਰਤਾ ਆ, ਉਹਦੇ ਕੋਲ ਕੋਈ ਚੀਜ਼ ਜਿਹੜੀ ਉਹ ਤੋਂ ਪਰੇ ਨੀਗੀ, ਤਾਂ ਆਪਾਂ ਨੂੰ ਉਹਦੀ ਰਜਾ ਵਿੱਚ ਰਹਿਣਾ ਚਾਹੀਦਾ ਆ। ਹੁਣ ਆਪਾਂ ਇਹ ਆਪਾਂ ਆਪਣੀ ਮਤਲਬ ਮਨ ਦੀਆਂ ਘੜਤਾਂ ਨਾ ਬਣਾ ਕੇ ਕਹਿਣ ਲੱਗ ਪਈਏ। ਮੈਂ ਗੱਲ ਸਾਫ਼ ਕਰਦਿਆਂ ਵੀ ਇਹ ਇਹਨਾਂ ਨੂੰ ਆਪਣੇ ਦਿਮਾਗ ਦਾ, ਆਪਣੇ ਬ੍ਰੇਨ ਦਾ ਇਲਾਜ ਕਰਾਉਣਾ ਚਾਹੀਦਾ। ਜੀ ਸੋ ਭਾਈ ਸੁਰਜੀਤ ਸਿੰਘ ਜੀ, ਬੜਾ ਸਪਸ਼ਟ ਰੂਪ ਦੇ ਵਿੱਚ ਆਪ ਜੀ ਨੇ ਗੱਲ ਕੀਤੀ ਹੈ ਕਿ ਗੁਰੂ ਸਾਹਿਬ ਜੀ ਨੇ ਤਾਂ ਪਹਿਲਾਂ ਹੀ ਲੱਖ ਪਾਤਾਲਾ ਪਾਤਾਲ ਆਕਾਸ਼ ਆਕਾਸ਼ ਤੁਸੀਂ ਗੱਲ ਕੀਤੀ ਹੈ ਕਿ ਸਾਨੂੰ ਦੱਸ ਦਿੱਤਾ ਹੈ, ਫਿਰ ਉਹ ਸਮਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਜਿਹੜੀ ਖੋਜ ਅੱਜ ਤੱਕ ਹਜੇ ਸਾਇੰਸ ਕਰ ਨਹੀਂ ਸਕੀ, ਕਈ ਸੌ ਸਾਲ ਪਹਿਲਾਂ ਸਤਿਗੁਰੂ ਜੀ ਕਹਿ ਗਏ ਨੇ। ਪਰ ਇਸ ਵਕਤ ਜਿਹੜਾ ਮਸਲਾ ਬਣਿਆ ਹੋਇਆ ਹੈ ਕਿ ਅੰਮ੍ਰਿਤ ਵੇਲੇ ਉੱਠਣਾ ਹੈ, ਨਾਮ ਬਾਣੀ ਪੜ੍ਹਨੀ ਹੈ ਜਾਂ ਚੌਂਕੜਾ ਮਾਰ ਕੇ ਬੈਠਣਾ ਹੈ, ਜੇ ਮੇਰੇ ਅੰਦਰ ਕਮਜ਼ੋਰੀ ਹੈ ਜਾਂ ਮੈਂ ਇਹ ਚੀਜ਼ ਕਰ ਨਹੀਂ ਸਕਦਾ, ਤਾਂ ਫਿਰ ਮੈਂ ਆਪਣੇ ਵੱਲੋਂ ਇਹ ਗੱਲਾਂ ਬਣਾ ਰਿਹਾ ਜੀ, ਜਿਹੜੇ ਲੋਕ ਕਰਦੇ ਨੇ ਉਹ ਪੁਰਾਤਨ ਨੇ ਅਤੇ ਹੁਣ ਨਵਾਂ ਸਮਾਂ ਹੈ, ਹੁਣ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਹੀ ਕੋਈ ਨਹੀਂ। ਅਸਲ ਭਾਈ ਸਾਹਿਬ ਜੀ ਪਤਾ ਗੱਲ ਇਹ ਆ ਵੀ ਅਕਸਰ ਬਖਤਬ ਵੀ ਜਿਹੜਾ ਉਹ ਵੀ ਥੱਲੇ ਚਲ ਗਿਆ। ਹੁਣ ਬਖਤਬ ਜਿਹੜਾ ਸਾਡੇ ਲਈ ਬੜੀ ਮੁਸ਼ਕਲ ਬਣ ਗਈ ਆ, ਕਿਉਂਕਿ ਕੱਚੀਆਂ ਗੱਲਾਂ ਕਰ ਕਰਕੇ, ਕੱਚੀਆਂ ਗੱਲਾਂ ਸੁਣ ਸੁਣ ਕੇ ਸਾਡੇ ਮਨ ਕਮਜ਼ੋਰ ਹੋ ਚੁੱਕੇ ਆ। ਜਿਹੜਾ ਬੰਦਾ ਕਿਸੇ ਬਿਮਾਰੀ ਦਾ ਜਾਂ ਕਿਸੇ ਰੋਗ ਦਾ ਸ਼ਿਕਾਰ ਹੋ ਚੁੱਕਾ ਆ, ਉਹਨੂੰ ਘਿਓ ਨਹੀਂ ਪਚਣਾ ਕਦੀ ਵੀ। ਜੀ ਅਸੀਂ ਕਮਜ਼ੋਰ ਹੋ ਚੁੱਕੇ ਹਾਂ ਹਿਰਦਾ ਕਰਕੇ। ਇਹ ਕਮਾਲ ਦੀ ਬਾਤ ਇਹ ਆ ਵੀ ਜਿੱਦਾਂ ਤੁਸੀਂ ਆਪ ਜੀ ਕਹਿ ਰਹੇ ਹੋ ਵੀ ਮੈਂ ਇਹ ਗੱਲ ਸਮਝ ਰਿਹਾ ਵਾਂ ਵੀ ਉਹ ਕਹਿ ਰਿਹਾ ਵੀ ਇਹ ਪੁਰਾਤਨ ਚੀਜ਼ਾਂ ਜਿਹੜੀਆਂ ਵਾ, ਮਤਲਬ ਇਹ ਇਹਨਾਂ ਨੂੰ ਮਤਲਬ ਆਪਾਂ ਇਸ ਤਰ੍ਹਾਂ ਲੈ ਲਈਏ ਵੀ ਇਹ ਇਹ ਠੀਕ ਨਹੀਂ ਗੀਆਂ। ਚੌਂਕੜਾ ਲਾਉਣਾ, ਅਭਿਆਸ ਕਰਨਾ, ਨਾਮ ਜਪਣਾ, ਹਾਲੇ ਕਿ ਮਹਾਰਾਜ ਸਾਹਿਬ ਦੇ ਘਰ ਦੀ ਰਹਿਤ ਹੀ ਇਹ ਆ। ਤੁਸੀਂ ਗੁਰੂ ਰਾਮਦਾਸ ਸਾਹਿਬ ਦੇ ਘਰ ਦਾ ਸ਼ਬਦ ਪੜ੍ਹੋ, ਸਿੱਖ ਦੀ ਰਹਿਤ, ਬ੍ਰਹਮ ਗਿਆਨੀ ਦੀ ਰਹਿਤ, ਸੰਤ ਦੀ ਰਹਿਤ, ਭਗਤ ਦੀ ਰਹਿਤ ਕੀ ਆ ਜੀ? ਹੁਣ ਮਹਾਰਾਜ ਸਾਹਿਬ ਜੀ ਸਪਸ਼ਟ ਕਹਿੰਦੇ ਆ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ ਜੀ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਫਿਰ ਥੱਲੜੀ ਪੰਕਤੀ ਵਿੱਚ ਜਾ ਕੇ ਕਿਹਾ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਇਹ ਸਾਡੇ ਸਮਝ ਚ ਨਹੀਂ ਆਉਂਦੀ ਜੀ? ਪਰ ਇਸੇ ਤਰ੍ਹਾਂ ਹੀ ਭਾਈ ਸੁਰਜੀਤ ਸਿੰਘ ਜੀ, ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ, ਹੁਣ ਆਪ ਜੀ ਨੇ ਜ਼ਿਕਰ ਕੀਤਾ ਕਿ ਆਪ ਜਪੇ ਅਬਰੋ ਨਾਮ ਜਪਾਵੇ, ਅਤੇ ਜੇਕਰ ਸਾਡੇ ਅੰਦਰ ਇੰਨੀ ਸੋਝੀ ਹੋਵੇ ਤਾਂ ਮੈਂ ਆਪ ਜੀ ਦੇ ਨਾਲ ਗੱਲ ਸਾਂਝੀ ਕਰਨਾ ਚਾਹਾਂ। ਆਪ ਜੀ ਇਟਲੀ ਤੋਂ ਇਸ ਵਕਤ ਮੇਰੇ ਨਾਲ ਜੁੜੇ ਹੋਏ ਹੋ, ਸੋ ਯੂਰਪ ਦਾ ਬਹੁਤ ਵੱਡਾ ਨਾਂ ਕਈ ਵਾਰ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਜਿਹੜੇ ਖਾਸ ਤੌਰ 'ਤੇ ਨਾਮ ਸਿਮਰਨ 'ਤੇ, ਭਜਨ ਬੰਦਗੀ 'ਤੇ, ਗੁਰ ਇਤਿਹਾਸ 'ਤੇ ਕਟਾਕਸ਼ ਕਰਦੇ ਨੇ, ਜਿਹੜੇ ਇਹਨਾਂ ਚੀਜ਼ਾਂ ਨੂੰ ਰੱਦ ਕਰਦੇ ਨੇ, ਅਤੇ ਇਟਲੀ ਦੇ ਵਿੱਚ ਹੀ ਉਹਨਾਂ ਨੂੰ ਪ੍ਰਚਾਰਕਾਂ ਨੂੰ ਸੱਦ ਕੇ ਸਭ ਤੋਂ ਵੱਧ ਸਮਾਂ ਸਟੇਜਾਂ 'ਤੇ ਦਿੱਤਾ ਜਾਂਦਾ ਹੈ, ਅਤੇ ਫਿਰ ਉੱਥੋਂ ਹੀ ਜਿਹੜਾ ਹੈ ਪੁਆੜੇ ਦੀ ਜੜ੍ਹ ਬੱਝਦੀ ਹੈ, ਇੱਕ ਸੰਗਤ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਕੀ ਕਹੋਗੇ? ਮੈਂ ਇੱਥੇ ਸਮੁੱਚੇ ਤੌਰ 'ਤੇ ਤਾਂ ਨਹੀਂ ਕਹਿੰਦਾ ਜੀ, ਪਰ ਮੈਂ ਬਹੁ ਗਿਣਤੀ ਜੋੜ ਸਕਦਾ ਵਾਂ। ਤੁਸੀਂ ਇਹਨੂੰ ਇੱਕ ਗੁਰੂ ਦੀ ਨਜ਼ਰ ਨਾਲ ਦੇਖੋ, ਗੁਰੂ ਦੀ ਜੀਵਨ ਕਾਲ ਵਿੱਚ ਦੇਖੋ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਆਏ ਕਰਤਾਰਪੁਰ ਜੀ। ਅਤੇ ਕਰਤਾਰਪੁਰ ਬਾਬਤ ਮਹਾਰਾਜ ਨੇ ਬਾਣੀ 'ਚ ਬਚਨ ਕਿਹਾ ਵੀ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ। ਕਰਤਾਰਪੁਰ ਮਹਾਰਾਜ ਆਏ, ਉਹਨਾਂ ਆ ਕੇ ਦਰਸ਼ਨ ਕੀਤੇ ਅਤੇ ਦਰਸ਼ਨ ਕਰਕੇ ਉਹਨਾਂ ਕਿਹਾ ਮਹਾਰਾਜ ਜੀ ਮੈਨੂੰ ਆਨੰਦ ਮਿਲਿਆ ਆ, ਇਹ ਆਨੰਦ ਮੈਨੂੰ ਕਿਤੇ ਨਹੀਂ ਸੀ ਮਿਲਿਆ, ਮੈਂ ਬਹੁਤ ਥਾਂ ਪਰ ਥਾਂ ਗਿਆ ਹਾਂ ਜੀ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰੂ ਕਹੀਏ, ਮੈਨੂੰ ਆਨੰਦ ਮਿਲਿਆ ਅਤੇ ਦਾਤਾ ਮੈਨੂੰ ਮਾਫ਼ੀ ਦੇਣੀ, ਮੈਂ ਕੋਈ ਭੇਟਾ ਨਹੀਂ ਤੁਹਾਡੇ ਵਾਸਤੇ ਲੈ ਕੇ ਆਇਆ, ਪਰ ਮੈਂ ਤੁਹਾਡੇ ਨਾਲ ਬਚਨ ਕਰਦਾ ਜਿੰਨੇ ਮੇਰੇ ਬਾਕੀ ਸਵਾਸ ਆ ਇਹਨਾਂ ਨੂੰ ਭੇਟਾ ਜਾਣ ਕੇ ਪ੍ਰਵਾਨ ਕਰ ਲਿਓ ਜੀ। ਹੁਣ ਮੈਂ ਜਿਹੜੀ ਗੱਲ ਲਿਆਉਣੀ ਚਾਹੁੰਦਾ,
7 ਸਾਲ ਮਹਾਰਾਜ ਸਾਹਿਬ ਜੀ ਨੇ ਸੇਵਾ ਕੀਤੀ ਆ ਮਹਾਰਾਜ ਸਾਹਿਬ ਦੇ ਘਰ ਦੀ, ਤੇ ਜਦੋਂ ਪੂਰਨ ਤੌਰ ਤੇ ਕਸਵੱਟੀ ਲੱਗ ਗਏ? ਇਹ ਸਵਾਲ ਤੁਸੀਂ ਮੈਨੂੰ ਫਿਰ ਕਰਿਓ, ਇਹ ਤੇ ਬੜਾ ਰੌਲਾ ਪਾਇਆ ਸਾਡੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਪਤਾ ਨਹੀਂ ਗਾ ਵੀ ਚਰਨ ਰੋਗ ਕਿਵੇਂ ਹੋ ਗਿਆ ਜੀ। ਚਰਨ ਰੋਗ ਇਹ ਤਾਂ ਦੇਖੋ ਜੀ ਮਨਮਤਿਆਂ ਦੀਆਂ ਗੱਲਾਂ ਕਰਦੇ ਨੇ ਇਹ ਜੀ। ਮੈਂ ਇਹ ਗੱਲ ਤੁਹਾਡੇ ਨਾਲ ਕਰਾਂਗਾ, ਪਹਿਲਾਂ ਆਹ ਮੈਂ ਗੱਲ ਸਪਸ਼ਟ ਕਰ ਲਾਂ ਜੀ ਕਿ ਮਹਾਰਾਜ ਸਾਹਿਬ ਜੀ ਨੇ ਦੇਖਿਆ ਵੀ ਗੁਰੂ ਅੰਗਦ ਸਾਹਿਬ ਦੇ ਹਿਰਦੇ 'ਚ ਹੁਣ ਅਸੀਂ ਬੈਠਣ ਲੱਗ ਪਏ ਹਾਂ, ਤੇ ਬਾਬੇ ਸੱਤੇ ਨੇ ਮੋਹਰ ਲਾ ਕੇ ਕਿਹਾ ਕਿ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮ ਦੇ। ਸਲਾਮਤ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਵਿੱਚ ਟਿਕਾ ਤਾ, ਤੇ ਜਿਹੜੀਆਂ ਹੁਣ ਇਹ ਕਮੇਟੀਆਂ ਪ੍ਰਚਾਰ ਕਰਾਉਂਦੀਆਂ ਦੇਖਣ ਸਾਡੇ ਹਿਰਦੇ 'ਚ ਗੁਰੂ ਸਲਾਮਤ ਹੈ ਜੀ, ਗੁਰੂ ਸਲਾਮਤ ਆ ਕਿ ਰਾਧਾ ਸਵਾਮੀ ਸਲਾਮਤ ਆ ਕਿ ਨਰਕਧਾਰੀਆ ਸਲਾਮਤ ਆ ਕਿ ਦੋਖੀ ਸਲਾਮਤ ਆ। ਤੇ ਜੇ ਦੋਖੀ ਸਲਾਮਤ ਆ ਤੇ ਭਾਈ ਬਘੇਲ ਸਿੰਘ ਜੀ ਗੱਗੇ ਤੇ ਗੋਲਕ ਹੈ ਤੇ ਗੱਗੇ ਤੇ ਗੁਰੂ ਹੈ ਜੀ। ਜੇ ਆਪਾਂ ਗੱਗੇ ਚੋਂ ਨਿਕਲ ਕੇ ਤੇ ਗੁਰੂ ਨਾਲ ਜੁੜ ਗਏ ਤੇ ਜੀਵਨ ਸਫਲ ਹੈ, ਤੇ ਜੇ ਗੁਰੂ ਚੋਂ ਨਿਕਲ ਗੋਲਕ ਨਾਲ ਚਲ ਗਏ ਤੇ ਸਾਰੀ ਜ਼ਿੰਦਗੀ ਆਇਆ ਅਸਫਲਾ ਚਲ ਗਿਆ। ਬਿਲਕੁਲ ਜੀ, ਉਹ ਜਦੋਂ ਗੁਰੂ ਹੀ ਨਹੀਂ ਸਲਾਮਤ ਤੁਹਾਡੇ ਹਿਰਦੇ 'ਚ, ਤੁਹਾਡਾ ਉੱਥੇ ਕੀ ਰੋਸ ਹੈ? ਉਹ ਬਿਲਕੁਲ ਉਹ ਦੇਖਣ ਵਾਸਤੇ ਜ਼ਰੂਰ ਦੇ, ਗੁਰੂ ਨਹੀਂ ਸਲਾਮਤ, ਗੁਰੂ ਦੀ ਭੈ ਭਾਵਨਾ ਸਲਾਮਤ ਨਹੀਂ। ਕਮਾਲ ਹੋ ਗਈ ਆ ਵੀ ਸਾਡੇ ਕੋਲੇ ਪ੍ਰਮਾਣ ਆ ਵੀ ਗੁਰੂ ਅੰਗਦ ਸਾਹਿਬ ਦੇ ਤੁਰੇ ਜਾਂਦਿਆਂ ਹੋਇਆਂ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਂਹ ਹੀ ਅੱਗੇ ਲੰਘ ਗਈ ਤੇ ਮਹਾਰਾਜ ਨੇ ਘੁੱਟ ਕੇ ਬਾਲੀ, ਪੁੱਤਰ ਕਿਉਂ ਬੱਧੀ ਆ? ਕਹਿੰਦੇ ਅੱਗੇ ਨਿਕਲ ਗਈ ਸੀ। ਮਹਾਰਾਜ ਕਹਿੰਦੇ ਅੱਛਾ, ਕਹਿੰਦੇ ਅੱਜ ਬਾਂਹ ਨਿਕਲੀ ਆ ਸੱਚੇ ਪਾਤਸ਼ਾਹ, ਕੱਲ ਮਨ ਨਿਕਲ ਜਾਵੇਗਾ ਜੀ। ਇੰਨੀ ਭਾਵਨਾ, ਇੰਨੀ ਸੁਚੇਤ ਰੱਖਿਆ ਗੁਰੂ, ਕੋਈ ਗੁਰੂ ਕੋਈ ਛੋਟੀ ਗੱਲ ਨਹੀਂ ਹੈ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਇਹ ਕੱਲ ਦੇ ਛੋਕਰੇ ਉੱਠ ਕੇ ਗੱਲਾਂ ਕਰਨ ਡਿਆ। 400 ਸਾਲ ਦਾ ਸਾਡਾ ਇਤਿਹਾਸ ਮਿਟਾ ਦੇਣ ਲੱਗੇ, 400 ਸਾਲਾ ਇਤਿਹਾਸ। ਤੇ ਭਾਈ ਸੁਰਜੀਤ ਸਿੰਘ ਜੀ, ਫਿਰ ਇੱਥੇ ਸਵਾਲ ਇਹ ਪੈਦਾ ਹੁੰਦਾ, ਜਿਸ ਤਰ੍ਹਾਂ ਹੁਣ ਤੁਸੀਂ ਗੱਲ ਸਪਸ਼ਟ ਕੀਤੀ ਹੈ ਕਿ ਗੁਰੂ ਤੋਂ ਅੱਗੇ ਨਿਕਲ ਜਾਣਾ ਜਿਹੜਾ ਉਹ ਸਾਡਾ ਜਿਹੜਾ ਸਿਧਾਂਤ ਨਹੀਂ, ਤੇ ਨਾ ਗੁਰਸਿੱਖ ਦਾ ਫਰਜ਼ ਹੈ ਕਿ ਅਸੀਂ ਗੁਰੂ ਦੇ ਉੱਪਰ ਦੀ ਹੋ ਕੇ ਗੁਰੂ ਨੂੰ ਰੱਦ ਕਰਨਾ ਸ਼ੁਰੂ ਕਰ ਦਈਏ। ਪਰ ਜਦੋਂ ਫਿਰ ਇਹਨਾਂ ਚੀਜ਼ਾਂ ਦਾ ਨੋਟਿਸ ਲਿਆ ਜਾਂਦਾ ਹੈ ਜਾਂ ਕੋਈ ਗੁਰਮੁਖ ਪਿਆਰਾ ਜਿਹਨੂੰ ਥੋੜ੍ਹੀ ਬਹੁਤੀ ਸੋਝੀ ਹੈ ਉਹ ਬੋਲਦਾ ਹੈ, ਫਿਰ ਅਸੀਂ ਕਹਿ ਦਿੰਦੇ ਹਾਂ ਜੀ ਇਹ ਗੁੰਡਾਗਰਦੀ ਕਰਦੇ ਨੇ, ਇਹ ਧਮਕਾਉਂਦੇ ਨੇ, ਤੇ ਨਾ ਫਿਰ ਟਕਸਾਲ ਦਾ ਲਿਆ ਜਾਂਦਾ ਹੈ ਜੀ ਇਹ ਟਕਸਾਲ ਦੇ ਗੁੰਡੇ ਨੇ ਜਿਹੜੇ ਪ੍ਰਚਾਰਕਾਂ ਨੂੰ ਰੋਕਣ ਵਾਸਤੇ ਇਹ ਜਾਂਦੇ ਨੇ, ਇਹ ਲੋਕਾਂ ਨੂੰ ਗੱਲ ਨਹੀਂ ਕਰਨ ਦਿੰਦੇ। ਮੈਂ ਇਹਨੂੰ ਸਪਸ਼ਟ ਰੂਪ ਵਿੱਚ ਕਵਾਂ ਵੀ ਜਿਹੜਾ ਸੁਚੇਤ ਸਿੱਖ ਆ ਨਾ, ਸੁਚੇਤ ਸਿੱਖ ਜੀ, ਸੁਚੇਤ ਸਿੱਖ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ, ਤੇ ਜਦੋਂ ਵੀ ਕਿਸੇ ਨੇ ਗੁਰੂ ਘਰ ਦੀ ਬੇਅਦਬੀ ਕੀਤੀ ਆ, ਜਿਹੜਾ ਸੁਚੇਤ ਸਿੱਖ ਸੀ ਨਾ ਨਾਮ ਬਾਣੀ ਵਾਲਾ ਪ੍ਰੇਮ ਵਾਲਾ, ਉਹਨੇ ਤੇ ਨੀ ਬਰਦਾਸ਼ਤ ਕੀਤੀ ਜੀ। ਜਿਹਦੇ ਅੰਦਰ ਗੁਰੂ ਨਾਲ ਪ੍ਰੇਮ ਸੀ, ਮੈਂ ਸਮਝਦਾ ਵੀ ਜਿਹੜਾ ਜਾਗ ਜਿਹਦੀ ਜ਼ਮੀਰ ਜਾਗਦੀ ਸੀ, ਜਿਹੜਾ ਗੁਰੂ ਦੇ ਨਾਮ ਵਿੱਚ ਰਸਿਆ ਹੋਇਆ ਸੀ, ਤੇ ਜਿਹਨੇ ਆਪਣੀ ਇਸ ਜੀਵਕ ਰੂਪੀ ਜਿਹੜਾ ਸਰੀਰ ਹੈ ਇਹਦੀ ਇਹਨੂੰ ਠੀਕਰੇ ਭੰਨਣ ਦੀ ਪਰਵਾਹ ਨਹੀਂ ਸੀ ਉਹਨੂੰ, ਉਹਨੂੰ ਇਹ ਚਿੰਤਾ ਸੀਗੀ ਕਿ ਕੋਈ ਮੇਰੇ ਗੁਰੂ ਦੀ ਨਰਾਦਰੀ ਨਾ ਕਰੇ ਮੇਰੇ ਜੀਂਦਿਆਂ, ਮੇਰੇ ਕੰਨ ਸੁਣ ਨਹੀਂ ਸਕਦੇ ਤੇ ਅੱਖਾਂ ਦੇਖ ਨਹੀਂ ਸਕਦੀ ਜੀ। ਉਹ ਸੁਚੇਤ ਸਿੱਖ ਆ, ਤੁਸੀਂ ਉਹਨੂੰ ਕਿਸੇ ਨਾਲ ਜੋੜ ਦਿਓ, ਬਾਬਾ ਦੀਪ ਸਿੰਘ ਆ, ਦੇਖ ਲਓ ਤੁਹਾਡੇ ਸਾਹਮਣੇ ਆ। ਜੇ ਦਰਬਾਰ ਸਾਹਿਬ ਦੀ ਬੇਅਦਬੀ ਹੁੰਦੀ ਆ ਤੇ ਬਾਬਾ ਜੀ ਇੱਕ ਮਿੰਟ ਨਹੀਂ ਜਰ ਸਕੇ ਜੀ। ਉਹ ਭਾਈ ਮਹਿਤਾਬ ਸਿੰਘ ਆ, ਭਾਈ ਸੁੱਖਾ ਸਿੰਘ ਆ, ਉਹ ਭਾਈ ਹਰਜਿੰਦਰ ਸਿੰਘ ਜਿੰਦਾ ਆ, ਭਾਈ ਸੁਖਦੇਵ ਸਿੰਘ ਆ, ਉਹ ਕੋਈ ਵੀ ਆ, ਤੁਸੀਂ ਨਵੀਨ ਲੈ ਲਓ ਜਾਂ ਪੁਰਾਤਨ ਲੈ ਲਓ, ਜਿਹੜਾ ਜਾਗਤ ਜਿਹਦੇ ਅੰਦਰ ਪਰਮੇਸ਼ਰ ਦੀ ਜੋਤ ਜਗ ਪਈ ਆ, ਜਿਹੜਾ ਗੁਰੂ ਦਾ ਪਿਆਰ ਰੱਖਦਾ ਹੈ, ਉਹਨੇ ਤੇ ਨਿਰਵੀ ਜਰਨੀ।
ਤੇ ਭਾਈ ਸੁਰਜੀਤ ਸਿੰਘ ਜੀ, ਤੇ ਤੁਹਾਡੀ ਜੇ ਇਸ ਗੱਲ ਦੇ ਨਾਲ ਹੀ ਮੈਂ ਇੱਕ ਗੱਲ ਜੋੜਨੀ ਚਾਹਾਂਗਾ। ਬਹੁਤ ਵਧੀਆ ਤੁਸੀਂ ਸਪਸ਼ਟ ਕੀਤੀ ਹੈ, ਕਿਉਂਕਿ ਸਮਾਂ ਵੀ ਮੇਰੇ ਕੋਲ ਸੀਮਿਤ ਹੈ, ਸੋ ਮੈਂ ਸਮੇਂ ਦੇ ਵਿੱਚ ਰਹਿੰਦਿਆਂ ਗੱਲ ਨੂੰ ਨਿਬੇੜਨਾ ਚਾਹਾਂਗਾ ਕਿ ਜਿਸ ਤਰ੍ਹਾਂ ਆਪ ਜੀ ਨੇ ਗੱਲ ਜੀ ਕੀਤੀ ਕਿ ਸੁਚੇਤ ਸਿੱਖ ਜਿਹੜਾ ਕਦੇ ਵੀ ਬੇਅਦਬੀ ਨਹੀਂ ਜਰੇਗਾ ਜਾਂ ਗੁਰੂ ਦੇ ਖਿਲਾਫ ਬਚਨ ਨਹੀਂ ਬਰਦਾਸ਼ਤ ਕਰਦਾ, ਪਰ ਉੱਥੇ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਸੰਗਤ ਸੁਣਨ ਵਾਸਤੇ ਆ ਰਹੀ ਹੈ ਕਿ ਜਿਹੜੀ ਸੰਗਤ ਹਜੇ ਚੱਲ ਰਹੀ ਹੈ ਜਾਂ ਜਿਹੜਾ ਹਜੇ ਸ਼ੁਰੂਆਤੀ ਹੈ, ਜਿਹੜਾ ਹਜੇ ਉਸ ਅਵਸਥਾ ਤੱਕ ਪਹੁੰਚਿਆ ਨਹੀਂ, ਉਹਦੇ ਮਨ ਨੂੰ ਫਿਰ ਇਹ ਗੱਲ ਲੱਗਦੀ ਹੈ ਕਿ ਮੈਂ ਤੇ ਕੁਝ ਸਿੱਖਣ ਗਿਆ ਸੀ, ਮੈਂ ਤੇ ਕੁਝ ਸੁਣਨ ਗਿਆ ਸੀ, ਪਰ ਉੱਥੇ ਰੌਲਾ ਰੱਪਾ ਪੈ ਗਿਆ ਹੈ, ਪੱਗੋ ਲੱਥੀ ਹੋ ਰਹੇ ਨੇ, ਤੇ ਜਿਹੜਾ ਤੇ ਹਜੇ ਤੁਰਿਆ ਹੀ ਨਹੀਂ, ਫਿਰ ਉਹਦੇ ਵਾਸਤੇ ਸੁਨੇਹਾ ਕੀ ਜਾਂਦਾ ਹੈ, ਉਹਨੂੰ ਕਿਵੇਂ ਸਮਝਾਵਾਂਗੇ? ਅਸਲ ਮੈਂ ਸਮਝਦਾ ਆ ਵੀ ਭਾਈ ਬਘੇਲ ਸਿੰਘ ਜੀ, ਜੇ ਡਾਕਟਰ ਤੁਹਾਨੂੰ ਦਵਾਈ ਵੀ ਦਵੇ, ਜੀ ਪੈਸੇ ਤੁਹਾਡੇ ਕੋਲ ਲਈ ਜਾਵੇ ਤੇ ਦਵਾਈ ਤੁਹਾਨੂੰ ਗਲਤ ਦਵੇ ਜਿਹਦੇ ਨਾਲ ਤੁਸੀਂ ਤੁਹਾਨੂੰ ਆਰਾਮ ਨਾ ਆਵੇ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਚ ਵੀ ਕਿਹਾ ਵੀ ਭਾਈ ਸਾਹਿਬ ਕਹਿੰਦੇ ਪੁੱਛਤ ਵੈਦ ਔਖਦ ਖਾਤ ਨਾ ਸੰਜਮ ਸੇ ਕੈਸੇ ਮਿੱਟੇ ਰੋਗ ਸੁੱਖ ਸਹਿਜਾ ਸਮਾਈਏ। ਦਵਾਈ ਤੇ ਦੇ ਰਿਹਾ ਤੁਹਾਨੂੰ ਉਹ, ਪਰ ਤੁਹਾਡੇ ਕੋਲ ਦਵਾਈ ਠੀਕ ਨਹੀਂ ਦੇ ਰਿਹਾ ਤਾਂ ਫਿਰ ਡਾਕਟਰ ਤੁਹਾਡਾ ਮਿੱਤਰ ਹੈ ਕਿ ਦੁਸ਼ਮਣ? ਜੀ ਜਿਹੜਾ ਡਾਕਟਰ ਦਵਾਈ ਤੁਹਾਡੇ ਕੋਲ ਦੇ ਰਿਹਾ, ਪੈਸੇ ਤੁਹਾਡੇ ਕੋਲ ਲੈ ਰਿਹਾ ਵਾ, ਪਰ ਤੁਹਾਡੀ ਸਿਹਤ ਦਾ ਨੁਕਸਾਨ ਕਰ ਰਿਹਾ, ਉਹ ਡਾਕਟਰ ਨੂੰ ਤੁਸੀਂ ਦੁਸ਼ਮਣ ਕਹੋਗੇ ਕਿ ਮਿੱਤਰ ਕਹੋਗੇ? ਉਹ ਤੁਹਾਡਾ ਦੁਸ਼ਮਣ ਜਾਣਾ ਪਏਗਾ ਜੀ। ਹਾਂਜੀ, ਇਹ ਇਹ ਦੇਖੋ, ਇਹ ਸਾਡਾ ਅਸਲ ਗੁਰੂ ਘਰ ਜਾ ਕੇ ਅਸੀਂ ਆਪਣੇ ਮਨ ਦਾ ਇਲਾਜ ਕਰਾਉਣਾ ਜੀ, ਕਿਉਂਕਿ ਮਨ ਖਿੰਡਿਆ ਪਿਆ ਵਾ ਅਸੀਂ ਗੁਰੂ ਕੋਲੇ ਗੁਰੂ ਦੀ ਬਚਨ ਸੁਣ ਕੇ, ਤੇ ਸੁਣਾਉਣ ਵਾਲਾ ਇਹ ਗੱਲ ਕਹਿਣ ਲੱਗ ਪਏ ਵੀ ਮੇਰੇ ਵਿਚਾਰ ਆ, ਤੇ ਤੇਰੇ ਵਿਚਾਰ ਨਹੀਂ ਸੁਣਨ ਆਏ ਅਸੀਂ ਜੀ, ਅਸੀਂ ਗੁਰੂ ਦੇ ਵਿਚਾਰ ਸੁਣਨ ਆਏ ਹਾਂ, ਤੇ ਗੁਰੂ ਦੇ ਵਿਚਾਰ ਮੁਕਤੀ ਦਾਤੇ ਨੇ, ਉਹ ਸਾਨੂੰ ਸੁਣਾ, ਤੇ ਗੁਰੂ ਦੇ ਵਿਚਾਰ ਜਿਹੜੇ ਆ ਉਹ ਕਦੀ ਭੈ ਭਾਵਨਾ ਦਿੰਦੇ ਆ, ਪਿਆਰ ਦਿੰਦੇ ਆ, ਗੱਲ ਵਕੜੀ ਦਿੰਦੇ ਆ, ਗੁਰੂ ਦੇ ਵਿਚਾਰ ਕਿਸੇ ਦਾ ਦਿਲ ਨਹੀਂ ਤੋੜਦੇ ਜੇ ਸੁਣਾਉਣ ਵਾਲੇ ਦੇ ਮਨ ਚ ਬੇਈਮਾਨੀ ਨਾ ਹੋਵੇ ਜੀ। ਇਹ ਸੁਣਾਉਣ ਵਾਲੇ ਦੇ ਮਨ ਚ ਬੇਈਮਾਨੀ ਪੈ ਚੁੱਕੀ ਆ, ਇਹ ਡਾਕਟਰ ਠੀਕ ਨੀ ਗੇ, ਸੰਗਤਾਂ ਵਿਚਾਰੀਆਂ ਜਿਹੜੀਆਂ ਜਾ ਕੇ ਇਹਨਾਂ ਕੋਲੇ ਸੁਣਨਾ ਚਾਹੁੰਦੀਆਂ ਨੇ, ਉਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦੀਆਂ ਜਿਹੜੀਆਂ ਤਾਰਾਂ ਨੇ ਕਿਤੇ ਹੋਰ ਜੁੜੀਆਂ ਹੋਈਆਂ ਨੇ। ਰੂਪ ਸਰੂਪ ਜ਼ਰੂਰ ਇਹੋ ਜਿਹਾ ਬਣਿਆ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਭਾਈ ਸਾਹਿਬ ਕਹਿੰਦੇ ਵੀ ਉਹਨਾਂ ਦਾ ਕਵਿਤਿਆ ਭਾਈ ਸਾਹਿਬ ਜੀ ਦਾ ਕਿ ਚੰਦਨ ਕੀ ਬਾਰ ਜੈਸੇ ਬੀਜੀਏ ਬਬੂਰ ਦ੍ਰਮ, ਭਾਈ ਸਾਹਿਬ ਕਹਿੰਦੇ ਕੰਚਨ ਸਪੱਟ ਮੱਧ ਕੱਚ ਗ੍ਰਹਿ ਰਾਖੀਏ ਜੀ। ਜੇ ਹੁਣ ਕੋਈ ਦੇਖਣ ਵਾਸਤੇ ਤਾਂ ਬੰਦੇ ਦਾ ਰੂਪ ਸਰੂਪ ਦਿਸ ਰਿਹਾ ਵੀ ਇਹ ਕੋਈ ਪ੍ਰਚਾਰਕ ਹੈ, ਇਹ ਧਰਮ ਦੇ ਮਾਰਗ ਤੇ ਤੁਰਿਆ ਹੋਇਆ, ਤੇ ਜਿਹੜਾ ਬੰਦਾ ਧਰਮ ਦੇ ਮਾਰਗ ਤੇ ਤੁਰਿਆ ਉਹਨੂੰ ਤੁਸੀਂ ਕਹੋਗੇ ਧਰਮੀ ਰਾਹੀ ਪਾਂਧੀ, ਤੇ ਉਹਨੇ ਜਾਣਾ ਕਿੱਥੇ ਉਹਨੂੰ ਪਤਾ ਹੀ ਨਹੀਂ ਜੀ। ਤੂੰ ਗੁਰਦੁਆਰੇ ਤੁਸੀਂ ਗੁਰਦੁਆਰੇ ਜਾ ਰਹੇ ਹੋ, ਕਿਉਂ ਜਾ ਰਹੇ ਹੋ ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਅੰਮ੍ਰਿਤ ਛਕਣਾ ਆ ਕਿਉਂ ਛਕ ਰਹੇ ਹੋ ਕੋਈ ਨਹੀਂ ਪਤਾ, ਤੇ ਤੁਸੀਂ ਕੀ ਉਹਨੂੰ ਪਾਂਧੀ ਕਹੋਗੇ ਜੀ? ਮੈਂ ਪ੍ਰਚਾਰ ਪ੍ਰਸਾਰ ਕਿਉਂ ਕਰ ਰਿਹਾ, ਕਥਾ ਕਰਨ ਦਾ ਮੇਰਾ ਕੀ ਮਤਲਬ ਆ, ਕਿਉਂ ਕਰ ਰਿਹਾ ਕਥਾ, ਇਹਦਾ ਮਤਲਬ ਕੀ ਆ ਪਤਾ ਹੀ ਨਹੀਂ ਜੀ। ਤੇ ਤਾਂ ਫਿਰ ਭੁੱਲੇ ਹੋਏ ਲੋਕ ਨੇ, ਇਹਨੂੰ ਤੁਸੀਂ ਭੁੱਲੜ ਕਹਿ ਸਕਦੇ ਹੋ, ਪਾਂਧੀ ਨਹੀਂ ਕਹਿ ਸਕਦੇ। ਭਾਈ ਸੁਰਜੀਤ ਸਿੰਘ ਜੀ, ਮੇਰੇ ਕੋਲ ਜਿਹੜਾ ਸਮੇਂ ਦਾ ਇਸ਼ਾਰਾ ਹੋ ਚੁੱਕਾ ਹੈ, ਸੋ ਮੈਂ ਆਪਣੇ ਪ੍ਰੋਗਰਾਮ ਦੀ ਸਮਾਪਤੀ ਵੱਲ ਵਧਾਂ, ਤੇ ਫਿਰ ਇਹ ਸਾਰਾ ਵਰਤਾਰਾ ਜਿਹੜਾ ਹੈ ਇਹਦਾ ਹੱਲ ਕੀ ਸੋਚਦੇ ਹੋ, ਕਿੱਥੇ ਜਾ ਕੇ ਇਹ ਗੱਲ ਰੁਕੇਗੀ? ਕਿਉਂਕਿ ਉਹ ਕਹਿਣਗੇ ਕਿ ਅਸੀਂ ਸਹੀ ਹਾਂ, ਤੇ ਜਿਹੜੀ ਤੁਸੀਂ ਧਰਮ ਦੀ ਪਰਿਭਾਸ਼ਾ ਦਿੱਤੀ ਹੈ, ਤੁਹਾਡੇ ਵਿਚਾਰ ਅਨੁਸਾਰ ਤੁਸੀਂ ਇਹ ਨਿਖੇੜਾ ਕਰਨ ਦਾ ਯਤਨ ਕੀਤਾ ਹੈ ਕਿ ਇਹ ਡਾਕਟਰ ਸਹੀ ਨਹੀਂ, ਇਹਨਾਂ ਨੂੰ ਰੋਕਣਾ ਪਵੇਗਾ, ਫਿਰ ਇਹ ਸਾਰੇ ਦਾ ਹੱਲ ਕਿਵੇਂ ਹੋਵੇਗਾ ਤੇ ਕੀ ਕਰਨਾ ਚਾਹੀਦਾ, ਸੰਗਤਾਂ ਕੀ ਕਰਨ?
ਮੈਂ ਇੱਥੇ ਜਿਹੜੀ ਵਿਚਾਰ ਸ਼ੁਰੂ ਕੀਤੀ ਸੀ ਉਹ ਇਹ ਸੀ, ਭਾਈ ਸਾਹਿਬ ਕਹਿੰਦੇ ਆ ਵੀ ਭਾਈ ਸਾਹਿਬ ਕਹਿੰਦੇ ਸਾਧ ਨੂੰ ਦਰਾਏ ਕੇ ਸਾਧ ਉਪਰਾਧ ਕਰੇ ਉਲਟੀ ਚਾਲ ਕਲੀ ਕਾਲ ਭਰਮ ਪਾਖੀਏ। ਜੀ ਦੇਖਣ ਵਾਸਤੇ ਉਹ ਧਰਮੀ ਆ, ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਚੀਜ਼ ਦੇਖਣ ਵਾਸਤੇ ਸਹੀ ਲੱਗਦੀ ਉਹ ਸਹੀ ਹੋਵੇ। ਜੀ ਇਹ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਉਹ ਜਿਹੜੇ ਇਹੋ ਜਿਹੇ ਲੋਕ ਆ ਇਹ ਕਿੱਕਰਾਂ ਦੇ ਬੂਟੇ ਬੀਜਣਗੇ ਤੇ ਕਿੱਕਰਾਂ ਨੂੰ ਅੰਬ ਕੋਈ ਨਹੀਂ ਲੱਗੇ, ਕਿੱਕਰਾਂ ਨੂੰ ਲੱਗਦੀਆਂ ਨੇ ਕੰਡੇ ਤੇ ਕੰਡੇ ਇਹਨਾਂ ਨੂੰ ਵੀ ਚੁੱਭਣਗੇ ਤੇ ਸਾਡੀ ਸੰਤਾਨ ਨੂੰ ਵੀ ਚੁੱਭਣਗੇ। ਜੀ ਉਹ ਚੁੱਭ ਰਹੇ ਨੇ ਗੁਰਦੁਆਰਿਆਂ ਸਾਹਿਬ ਵਿੱਚ। ਇਹਨਾਂ ਦਾ ਮਕਸਦ ਇਹ ਆ ਕਿ ਸੰਗਤਾਂ ਨੂੰ ਹਰੀ ਜਸ ਨਾਲ ਨਾ ਜੋੜਨ ਦਈਏ, ਇਸ ਕਰਕੇ ਇੱਦਾਂ ਦਾ ਕੋਈ ਮਾਹੌਲ ਕ੍ਰੀਏਟ ਕਰ ਦਿਆ ਕਰੀਏ ਹਰ ਵੇਲੇ। ਲਓ ਜੀ ਪੱਗ ਲੱਤ ਜੀ ਜੀ ਪੱਗ ਲਾ ਤੀ ਜੀ। ਹੁਣ ਦੇਖੋ ਜਿਹੜੀ ਗਾਂ ਤੁਸੀਂ ਘਰੇ ਰੱਖੀ ਹੈ ਦੁੱਧ ਪੀਣ ਲਈ, ਉਹ ਗਾਂ ਸਿੰਗ ਮਾਰ ਕੇ ਤੁਹਾਡੇ ਬੱਚਿਆਂ ਦਾ ਢਿੱਡ ਪਾੜ ਦੇਵੇ ਤੇ ਤੁਸੀਂ ਕਹੀ ਜਾਵੋ ਇਹ ਦੁੱਧ ਬਹੁਤ ਸੰਘਣਾ ਇਹਦਾ ਦੁੱਧ, ਤੇ ਦੁੱਧ ਨੂੰ ਕੀ ਕਰਨਾ ਜੇ ਤੁਹਾਡੇ ਬੱਚੇ ਨਹੀਂ ਰਹਿਣਗੇ? ਜੀ ਦੁੱਧ ਤੇ ਬੱਚਿਆਂ ਵਾਸਤੇ ਹੈ ਨਾ, ਬੱਚੇ ਤੋਂ ਨੇ ਮਾਰਤੇ ਮਾਰ ਮਾਰ ਕੇ ਸਿੰਗ, ਤੇ ਉਹ ਗਾਂ ਮਾਰ ਦਿਓ। ਜੀ ਉਹ ਗਾਂ ਮਾਰ ਦੇਣੀ ਚਾਹੀਦੀ ਹੈ ਜਿਹੜੀ ਤੁਹਾਡੇ ਨਿਆਣੇ ਮਾਰੇ, ਉਹਦਾ ਦੁੱਧ ਨਾ ਵੇਖੋ। ਹੁਣ ਪੱਗ ਪੱਗ KPS ਗਿੱਲ ਦੇ ਵੀ ਸੀ, ਪੱਗ ਪੂਲੇ ਦੇ ਵੀ ਸੀ, ਬੱਚੇ ਦੁੱਧ ਪੀਂਦੇ ਉਹਨੇ ਮਾਰਤੇ, ਤੇ ਜਦੋਂ ਸਿੰਘਾਂ ਨੇ ਤੇਲ ਪਾ ਕੇ ਸਾੜਿਆ ਕਿ ਪਹਿਲਾਂ ਉਹਦੀਆਂ ਬਾਹਾਂ ਫੜੀਆਂ ਵੀ ਤੇਰੀ ਪੱਗ ਲਾ ਲਈਏ। ਜੀ ਉਸ ਅਸੀਂ ਅਸਲ ਜਿਹੜਾ ਜਿਹੜਾ ਉਹ ਜਿੱਦਾਂ ਉਹ ਰੂਪ ਰੇਖਾ ਬਣਾ ਲੈਂਦੇ ਨਾ ਸੰਗਤਾਂ, ਗੱਲ ਨੂੰ ਸਮਝਦੀਆਂ ਨੇਗੀਆਂ। ਪੱਗ ਬੰਨਣ ਵਾਲਾ ਵੀ ਪਹਿਲਾਂ ਆਪਣੇ ਕਿਰਦਾਰ ਨੂੰ ਵੀ ਦੇਖੀ, ਮੇਰਾ ਅਖਲਾਕ ਕੀ ਆ? ਪੱਗ ਸਿਰ ਤੇ ਹੋਵੇ ਤੇ ਬੰਦਾ ਕੋਈ ਕਰਮ ਕਰ ਰਿਹਾ ਹੋਵੇ ਤੇ ਤੁਸੀਂ ਕੀ ਉਹਨੂੰ ਉਹਨੂੰ ਪੂਜੋਗੇ? ਜੀ ਸੋ ਕਹਿਣ ਤੋਂ ਭਾਵ ਹੈ ਕਿ ਕਿਰਦਾਰ ਨੂੰ ਪਛਾਣਨਾ ਜ਼ਰੂਰੀ ਹੈ। ਦਸਤਾਰ ਵੀ ਸਾਡੀ ਇੱਕ ਪਹਿਚਾਣ ਹੈ, ਪਰ ਦਸਤਾਰ ਦੇ ਨਾਲ ਕਿਰਦਾਰ ਜਿਹੜੀ ਹੈ ਉਹ ਬਹੁਤ ਜ਼ਿਆਦਾ ਅਹਿਮੀਅਤ ਰੱਖਦੀ ਹੈ। ਤੇ ਭਾਈ ਸੁਰਜੀਤ ਸਿੰਘ ਜੀ, ਆਖਿਰ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੋਈ ਐਸੀ ਗੱਲ ਜਿਹੜੀ ਮੈਂ ਪੁੱਛਣ ਤੋਂ ਰਹਿ ਗਿਆ ਹੋਵਾਂ ਤੇ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ, ਅਖੀਰ ਦੇ ਵਿੱਚ ਕੀ ਕਹੋਗੇ ਸੰਗਤਾਂ ਨੂੰ, ਤੁਹਾਡੇ ਵੱਲੋਂ ਸੁਨੇਹਾ ਕੀ ਦਿਓਗੇ? ਮੈਂ ਇਹ ਇਸ ਵਾਜੇ ਕੌਮ ਦੇ ਮਾਧਿਅਮ ਰਾਹੀਂ ਜਿਹੜੇ ਗੁਰਮੁਖ ਸੁਣ ਰਹੇ ਆ, ਸੰਗਤਾਂ ਸੁਣ ਰਹੀਆਂ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਆ ਜੀ ਵੀ ਭਾਈ ਸਾਹਿਬ ਜੀ ਦੇ ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਸਮਝਾਇਆ, ਇਹ ਨਹੀਂ ਕਿ ਨਹੀਂ ਸਮਝਾਇਆ, ਉਹ ਕਹਿੰਦੇ ਸਾਧ ਉਹ ਸਾਧ ਪਰਖੀਏ ਕਰਤੂਤ ਸੁਭਾਖੇ। ਜੀ ਕਹਿੰਦੇ ਸਾਧ ਨੂੰ ਉਹਦੇ ਕੱਪੜਿਆਂ ਤੋਂ ਨਹੀਂ ਦੇਖਣਾ, ਉਹਦੀ ਕਰਤੂਤ ਤੋਂ ਪਤਾ ਲੱਗ ਜਾਂਦਾ ਤੇ ਹੱਦ ਹੋ ਗਈ। ਅੱਜ ਸਾਡਾ ਮਨੋਬਲ ਇੰਨਾ ਹੀ ਗਿਰ ਗਿਆ ਕਿ ਉਹ ਇਹ ਕਹਿਣ ਵੀ ਗੁਰੂ ਨਾਨਕ ਸਾਹਿਬ ਨੇ ਕੋਧਲੇ ਦੀ ਰੋਟੀ ਨਿਚੋੜੀ ਸੀ ਤੇ ਉੱਥੋਂ ਖੂਨ ਨਹੀਂ ਨਿਕਲਿਆ ਤੇ ਆਪਾਂ ਮੂਹਰੇ ਜਕਾਰੇ ਲਾਈਏ, ਤੇ ਫਿਰ ਆਪਣਾ ਮਨੋਬਲ ਦੇਖੀਏ ਵੀ ਕਿੱਥੇ ਚਲ ਗਿਆ। ਅੱਛਾ ਕੋਧਲੇ ਦੀ ਰੋਟੀ ਚੋਂ ਖੂਨ ਨਹੀਂ ਨਿਕਲਿਆ ਤੇ ਸੱਪ ਛਾਂ ਕਰ ਸਕਦਾ? ਜੀ ਫਿਰ ਤਾਂ ਸਾਰੀਆਂ ਗੱਲਾਂ ਰੱਦ ਹੋ ਜਾਂਦੀਆਂ ਨੇ ਜੀ। ਐਮਨਾਬਾਦ ਬਹਿ ਕੇ ਮਹਾਰਾਜ ਕਹਿ ਸਕਦੇ ਭਾਈ ਲਾਲੋ ਨੂੰ ਕਿ ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ? ਅਸੀਂ ਗੱਲ ਕਿਸ ਨਾਲ ਕਰ ਰਹੇ ਹਾਂ? ਅਸੀਂ ਹੈ ਕੀ? ਪਹਿਲਾਂ ਤਾਂ ਇਹ ਸਮਝੀਏ ਵੀ ਅਸੀਂ ਹੈ ਕੀ ਆ, ਸਾਡੀ ਕਾਤ ਕੀ ਆ? ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਉਹ ਨਿਰੰਕਾਰ ਨੇ, ਇਹ ਗੱਲ ਨੂੰ ਸਮਝੀਏ। ਮੈਂ ਸੰਗਤਾਂ ਨੂੰ ਇਹ ਬੇਨਤੀ ਕਰਾਂਗਾ ਕਿ ਲੋਕ ਰੂਪ ਰੇਖ ਬਣਾ ਕੇ ਬੜੇ ਤਰੀਕੇ ਦੇ ਨਾਲ ਸਾਡੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਤੇ ਪਾਵਨ ਗੁਰਬਾਣੀ ਦੀ ਘੋਰ ਬੇਅਦਬੀ ਕਰਨ ਦਾ ਯਤਨ ਕਰ ਰਹੇ ਨੇ, ਤੇ ਉਹ ਪ੍ਰਬੰਧਕ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ, ਵਿਅਕਤੀਗਤ ਵਿਰੋਧ ਤਾਂ ਨਹੀਂ ਗੀ, ਤੁਸੀਂ ਸੁਚੇਤ ਹੋ ਕੇ ਜ਼ਿੰਮੇਵਾਰ ਬਣੋ। ਜੇ ਪ੍ਰਬੰਧਕਾਂ ਦੇ ਮਨ ਵਿੱਚ ਇਹ ਗੱਲ ਆ ਜਾਵੇ ਵੀ ਅਸੀਂ ਧਰਮ ਪ੍ਰਚਾਰ ਕਰਵਾ ਰਹੇ ਹਾਂ ਤੇ ਸਾਡੇ ਵਰਗਿਆਂ ਦੇ ਅੱਜ ਵੀ ਅਸੀਂ ਕਰ ਰਹੇ ਹਾਂ ਤੇ ਦੋਵੇਂ ਮਾਰੇ ਜਾਵਾਂਗੇ, ਉਹਦਾ ਕਾਰਨ ਇਹ ਆ ਕਿ ਮੱਖੀ ਜੇ ਰੱਥ ਦੇ ਪਹੀਏ ਤੇ ਬਹਿ ਜੇ ਤੇ ਰੱਥ ਕੋਈ ਨਹੀਂ ਹਿੱਕ ਰਹੀ। ਜੀ ਰੱਥ ਚੱਲ ਰਿਹਾ ਵਾ ਤੇ ਉਹ ਵੀ ਵਿਚਾਰੀ ਬੈਠੀ ਨਾਲ ਚੱਲ ਰਹੀ ਆ,
ਸਤਿਗੁਰੂ ਸਾਨੂੰ ਸਾਰਿਆਂ ਨੂੰ ਚਲਾ ਰਹੇ ਆ। ਇਹ ਜਿਹੜੇ ਇੱਥੇ ਸਾਡੇ ਉਹਨੇ ਆਉਣਾ ਸੀ ਆ ਬਲਜੀਤ ਸਿੰਘ ਦਿੱਲੀ ਵਾਲੇ ਨੇ, ਉਹਨਾਂ ਪ੍ਰਬੰਧਕਾਂ ਨੇ ਉਹਦੇ ਪ੍ਰੋਗਰਾਮ ਰੱਦ ਕਰ ਦਿੱਤੇ, ਉਹਨਾਂ ਗੁਰਮੁਖਾਂ ਨੇ ਉਹਨਾਂ ਨੇ ਉਹਦਾ ਕੋਈ ਸਾਥ ਨਹੀਂ ਦਿੱਤਾ। ਮੈਂ ਉਹਨਾਂ ਦਾ ਰੋਮ ਰੋਮ ਕਰਕੇ ਧੰਨਵਾਦੀ ਹਾਂ, ਰੋਮ ਰੋਮ ਕਰਕੇ। ਭਾਈ ਸੁਰਜੀਤ ਸਿੰਘ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ, ਤੇ ਮੈਂ ਅਖੀਰ ਦੇ ਵਿੱਚ ਆਪ ਜੀ ਨੂੰ ਪੁੱਛਣਾ ਚਾਹੁੰਦਾ ਕਿ 2 ਜੂਨ ਨੂੰ ਜਿਹੜਾ 2 ਜੂਨ ਆ ਰਹੀ ਹੈ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦਾ ਕਿ ਜਨਮ 2 ਜੂਨ ਦਾ ਹੈ, ਸੋ ਉਸੇ ਦੇ ਪ੍ਰਥਾਏ ਆਵਾਜ਼ੇ ਕੌਮ ਟੀਵੀ ਵੱਲੋਂ ਤੇ ਦਮਦਮੀ ਟਕਸਾਲ ਵੱਲੋਂ ਗੁਰਦੁਆਰਾ ਸੰਤ ਖਾਲਸਾ ਪਿੰਡ ਓਡੇ ਵਿਖੇ ਜਿਹੜਾ ਇੱਕ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾ ਰਹੇ ਨੇ 31 ਤਰੀਕ ਨੂੰ, ਤੇ ਜਿਨ੍ਹਾਂ ਦੇ ਭੋਗ 2 ਜੂਨ ਨੂੰ ਪੈਣਗੇ, ਤੇ ਉਹ ਸਾਰਾ ਪ੍ਰੋਗਰਾਮ ਆਪਾਂ ਆਵਾਜ਼ੇ ਕੌਮ ਟੀਵੀ ਤੋਂ ਲਾਈਵ ਸੰਗਤਾਂ ਨੂੰ ਜਿਹੜਾ ਉਹ ਸਰਵਣ ਕਰਵਾਉਣਾ ਹੈ, ਇਹਦੇ ਵਿਚਾਰੇ ਆਪ ਜੀ ਕੀ ਵਿਚਾਰ ਰੱਖਦੇ ਹੋ? ਮੈਂ ਤਹਿ ਦਿਲੋਂ ਰੋਮ ਰੋਮ ਕਰਕੇ ਧੰਨਵਾਦੀ ਹਾਂ ਆਵਾਜ਼ੇ ਕੌਮ ਟੀਵੀ ਦਾ ਵੀ, ਸੰਪਰਦਾਵਾਂ ਦਾ ਵੀ, ਸਾਰਿਆਂ ਗੁਰਸਿੱਖਾਂ ਦਾ ਵੀ, ਕਿਉਂਕਿ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਸਾਰੀ ਕੌਮ ਦੀ ਜਿੰਦ ਜਾਨ ਹਨ, ਸਾਰੀ ਕੌਮ ਦੇ ਦਿਲ ਹਨ ਮਹਾਂਪੁਰਖ ਉਹ, ਤੇ ਉਹਨਾਂ ਦਾ ਉੱਥੋਂ ਇਸ ਤਰ੍ਹਾਂ ਪ੍ਰੋਗਰਾਮ ਕਰਕੇ ਉਹਨਾਂ ਦਾ ਜਨਮ ਦਿਨ ਜਿਹੜਾ ਮਨਾਉਣਾ, ਲਾਈਵ ਦੇਣਾ, ਇਹ ਬੜਾ ਸ਼ਲਾਘਾਯੋਗ ਕਦਮ ਆ। ਤੇ ਇਹ ਵਾਜੇ ਕੌਮ ਨੂੰ, ਵਾਜੇ ਕੌਮ ਟੀਵੀ ਨੂੰ ਇਸ ਗੱਲ ਦੀ ਵਧਾਈ ਹੈ, ਵਧਾਈ ਦੇ ਪਾਤਰ ਆ ਸਾਰਾ ਸਟਾਫ, ਸਾਰੇ ਤੁਸੀਂ, ਤੇ ਮੈਂ ਇਹ ਬੇਨਤੀ ਕਰਾਂਗਾ ਇਸ ਦੇ ਮਾਧਿਅਮ ਰਾਹੀਂ ਵੀ ਸਾਨੂੰ ਵੱਧ ਚੜ੍ਹ ਕੇ ਆਵਾਜ਼ੇ ਕੌਮ ਟੀਵੀ ਦੀ ਮਨ ਕਰਕੇ, ਤਨ ਕਰਕੇ ਔਰ ਮਾਲੀ ਮਦਦ ਕਰਨੀ ਚਾਹੀਦੀ ਹੈ, ਤਾਂ ਕਿ ਸਿੱਖੀ ਦਾ ਪ੍ਰਸਾਰ ਪ੍ਰਸਾਰ ਇਸੇ ਤਰ੍ਹਾਂ ਬੁਲੰਦੀਆਂ ਤੇ ਜਾਵੇ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਿਸ਼ਾਨ ਸਾਹਿਬ ਹੋਰ ਉੱਚਾ ਹੋਵੇ, ਅਸੀਂ ਦਿਲ ਦੀਆਂ ਛਾਪਾਂ ਵਿਛਾ ਕੇ ਬੈਠ ਸਕੀਏ। ਬਹੁਤ ਬਹੁਤ ਭਾਈ ਸੁਰਜੀਤ ਸਿੰਘ ਜੀ ਆਪ ਜੀ ਦਾ ਧੰਨਵਾਦ। ਸੋ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਨਾਲ ਖੁੱਲੀ ਵਿਚਾਰ ਕਰਨ ਦੀ ਜ਼ਰੂਰ ਆਸਵੰਦ ਰਹਾਂਗਾ, ਤੇ ਅਸੀਂ ਆਪ ਜੀ ਨੂੰ ਜਲਦ ਸੰਪਰਕ ਕਰਕੇ ਕਿਸੇ ਹੋਰ ਪ੍ਰੋਗਰਾਮ 'ਚ ਸ਼ਾਮਲ ਕਰਾਂਗੇ। ਸੋ ਅੱਜ ਦੇ ਇਸ ਪ੍ਰੋਗਰਾਮ ਦੀ ਸੰਗਤ ਜੀ ਇੱਥੇ ਹੀ ਕਰਾਂਗੇ ਸਮਾਪਤੀ। ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ, ਅਤੇ ਭਾਈ ਸੁਰਜੀਤ ਸਿੰਘ ਜੀ ਖੰਡੇ ਵਾਲੇ ਜਿਹੜੇ ਕ੍ਰਮੋਨਾ ਇਟਲੀ ਤੋਂ ਸਾਡੇ ਨਾਲ ਜੁੜੇ ਸਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ। ਸੋ 2 ਜੂਨ ਦੇ ਜਿਹੜੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਨੇ, ਉਹ ਵੀ ਆਪ ਜੀ ਨੇ ਲਾਈਵ ਆਵਾਜ਼ ਕੌਮ ਟੀਵੀ ਦੇ ਰਾਹੀਂ ਸਰਵਣ ਕਰਨੇ ਨੇ, ਅਤੇ 6 ਜੂਨ ਦਾ ਜਿਹੜਾ ਸਮਾਗਮ, ਸ਼ਹੀਦੀ ਸਮਾਗਮ ਦਮਦਮੀ ਟਕਸਾਲ ਚੌਂਕ ਮਹਿਤਾ ਵਿਖੇ ਕਰਵਾਇਆ ਜਾ ਰਿਹਾ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ, ਉਹ ਵੀ ਪ੍ਰੋਗਰਾਮ ਆਪ ਜੀ ਦੀ ਸੇਵਾ ਦੇ ਵਿੱਚ ਆਵਾਜ਼ੇ ਕੌਮ ਟੀਵੀ ਦੇ ਰਾਹੀਂ ਜਿਹੜਾ ਹੈ ਉਹ ਲੈ ਕੇ ਹਾਜ਼ਰ ਹੋਵਾਂਗੇ। ਪ੍ਰੋਗਰਾਮਾਂ ਦੀ ਜਾਣਕਾਰੀ ਵਾਸਤੇ ਜਾਂ ਪ੍ਰੋਗਰਾਮਾਂ ਦੇ ਵਿੱਚ ਸਹਿਯੋਗ ਕਰਨ ਵਾਸਤੇ ਆਪ ਜੀ ਹੇਠ ਲਿਖੇ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਹੋ। ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ, ਤਰੁੱਟੀਆਂ ਦੀ ਦੇ ਦਿਓ ਖਿਮਾ। ਅਗਲੇ ਪ੍ਰੋਗਰਾਮਾਂ ਤੱਕ ਲਈ ਆਗਿਆ ਜੀ, ਫਤਿਹ ਦੇ ਨਾਲ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।